ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੀਡੀਆ ਤੁਸੀਂ ਵੇਖ ਰਹੇ ਹੋ ਅਤੇ ਮੈਂ ਹਾਂ ਨਿਪੁਣ ਸ਼ਰਮਾ। ਓ ਟੀ ਟੀ ਦੀ ਦੁਨੀਆ ਵੀ ਇੱਕ ਐਸੀ ਦੁਨੀਆ ਹੈ ਜਿਸਦੀ ਇੱਕ ਵੱਖਰੀ ਆਡੀਅੰਸ ਹੈ, ਜਿੱਥੇ ਕਿ ਕੰਟੈਂਟ ਫਿਲਮਾਂ ਹੋਵੇ, ਵੈਬ ਸੀਰੀਜ਼ ਹੋਵੇ, ਰਿਲੀਜ਼ ਹੁੰਦੇ ਰਹਿੰਦੇ ਨੇ ਅਤੇ ਡਾਇਰੈਕਟਰਸ ਵੱਲੋਂ, ਮੇਕਰਸ ਵੱਲੋਂ ਕੋਸ਼ਿਸ਼ ਰਹਿੰਦੀ ਹੈ ਕਿ ਸਿਨੇਮਾ ਘਰਾਂ ਦੇ ਨਾਲ ਨਾਲ ਓ ਟੀ ਟੀ ਰਾਹੀਂ ਵੀ ਤੁਹਾਨੂੰ ਐਂਟਰਟੇਨਮੈਂਟ ਪਹੁੰਚਾਇਆ ਜਾਵੇ। ਸੋ ਇੱਕ ਪ੍ਰੋਜੈਕਟ ਆ ਰਿਹਾ ਹੈ ਜਿਸਦਾ ਨਾਮ ਹੈ ਅਲਜ਼ਾਈਮਰ। ਅਲਜ਼ਾਈਮਰ ਤੁਸੀਂ ਬਹੁਤ ਵਾਰ ਸੁਣਿਆ ਵੀ ਹੋਏਗਾ, ਇੱਕ ਮੈਡੀਕਲ ਡਿਜ਼ੀਜ਼ ਬੋਲਦੇ ਨੇ। ਸੋ ਇਸ ਪੂਰੇ ਕੰਸੈਪਟ ਉੱਤੇ ਫਿਲਮ ਲੈ ਕੇ ਆ ਰਹੇ ਨੇ ਨਨ ਅਦਰ ਦੈਨ ਸਿੰਗਰ ਐਕਟਰ, ਸੋ ਮੈਂ ਕਹੂੰਗਾ ਹੁਣ ਡਾਇਰੈਕਟਰ ਵੀ ਨੇ, ਭਿੰਦਾ ਔਜਲਾ ਜੀ। ਭਾਜੀ ਬਹੁਤ ਬਹੁਤ ਵੈਲਕਮ ਹੈ ਪੰਜਾਬੀ ਮੀਡੀਆ ਦੇ ਵਿੱਚ ਤੁਹਾਡਾ। ਥੈਂਕ ਯੂ। ਸੋ ਇਸ ਪ੍ਰੋਜੈਕਟ ਦੇ ਵਿੱਚ ਜੋ ਫੀਮੇਲ ਲੀਡ ਕਰ ਰਹੀ ਹੈ ਸੁਰਬੀ ਮਹਿੰਦਰੂ, ਵੈਲਕਮ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਸੋ ਮਚ। ਸੋ ਯਾਰ ਜਿਕਰੀ ਕਸੂਤੀ ਡਿਗਰੀ ਫੇਮ ਪ੍ਰਤੀਕ ਭਾਜੀ ਯਾਰਾਂ ਦੇ ਯਾਰ ਇਹਨਾਂ ਦਾ ਵੈਲਕਮ ਹੈ ਭਾਜੀ। ਅਲਜ਼ਾਈਮਰ, ਮੈਂ ਕਿਹਾ ਕਿ ਇੱਕ ਡਿਸੀਜ਼ ਆ ਅਲਜ਼ਾਈਮਰ। ਹਾਂਜੀ। ਸੋ ਜਦੋਂ ਮੈਂਟਲ ਤੁਹਾਡੀ ਐਬਿਲਿਟੀ ਘੱਟਦੀ ਹੈ, ਸਾਰੀਆਂ ਚੀਜ਼ਾਂ ਹੁੰਦੀਆਂ, ਕਿਵੇਂ ਕੰਸੈਪਟ ਨੂੰ ਕੰਸੀਵ ਕੀਤਾ ਵੀ ਇੱਥੋਂ ਇੱਕ ਮੁੰਡਾ ਜਾਂਦਾ ਬਾਹਰ ਜਾ ਕੇ, ਸੋ ਉਹਨੂੰ ਸਭ ਕੁਛ ਇਹ ਫੇਸ ਕਰਨਾ ਪੈਂਦਾ? ਹਾਂਜੀ, ਮੈਂ ਨਾ ਜਦੋਂ ਮੈਂ ਡਿਸਾਈਡ ਕੀਤਾ ਕਿ ਮੈਂ ਫਿਲਮਾਂ ਡਾਇਰੈਕਟ ਕਰਨੀਆਂ ਆ, ਸੋ ਮੇਰਾ ਸੀਗਾ ਕਿ ਜਿਹੜੀ ਵੀ ਪਹਿਲੀ ਫਿਲਮ ਮੈਂ ਬਣਾਵਾਂ, ਐਟ ਲੀਸਟ ਕੁਛ ਮੈਸੇਜ ਹੋਵੇ, ਕਮਰਸ਼ਲ ਨਾ ਹੋਵੇ, ਕੁਛ ਕੁਛ ਵੀ ਪੰਜਾਬ ਲਈ ਮੈਂ ਕਰ ਸਕਾਂ ਅਤੇ ਮੋਟੀਵੇਸ਼ਨ ਮੂਵੀ ਬਣਾ ਸਕਾਂ। ਉਹਦਾ ਰੀਜ਼ਨ ਇਹ ਸੀਗਾ। ਸੋ ਜਿਹੜਾ ਮੇਰਾ ਦੋਸਤ ਆ, ਸਾਡੇ ਸਾਰਿਆਂ ਦੇ ਦੋਸਤ ਆ, ਸੁਪਿੰਦਰ ਸ਼ੇਰਗਿੱਲ, ਰਾਈਟਰ, ਬਹੁਤ ਵਧੀਆ ਰਾਈਟਰ ਆ, ਮੈਂ ਉਹਨੂੰ ਕਿਹਾ ਕਿ ਸੁਪਿੰਦਰ ਕੋਈ ਸਟੋਰੀ ਇਹੋ ਜਿਹੀ ਦੱਸ ਕਿ ਜਿਹੜੀ ਅਸੀਂ ਕਨੇਡਾ ਰਹਿ ਕੇ ਵੀ ਪੰਜਾਬ ਦੇ ਦਰਦ ਨੂੰ ਜਾਂ ਕੋਈ ਮੈਸੇਜ ਦੇ ਸਕੀਏ। ਫਿਰ ਜਦੋਂ ਉਹਨੇ ਮੈਨੂੰ ਸਟੋਰੀ ਸੁਣਾਈ, ਉਹ ਬਹੁਤ ਵਧੀਆ ਸੀ, ਫਿਰ ਮੈਂ ਸੁਰਬੀ ਨਾਲ ਸ਼ੇਅਰ ਕੀਤੀ। ਸੁਰਬੀ ਨੇ ਜਿੱਦੇ ਉਹਦਾ ਨਾਮ ਪੜਿਆ, ਐਂਡ ਸ਼ੀ ਸੈਡ ਓਕੇ, ਮੈਂ ਸਟੋਰੀ ਨਹੀਂ ਪੜ੍ਹਨੀ, ਸਟੋਰੀ ਆ ਕੇ ਪੜੂੰਗੀ। ਪ੍ਰਤੀਕ ਵੀਰ ਕੋਲ ਮੈਂ ਗਿਆ ਅਤੇ ਅਸੀਂ ਮਿਲੇ, ਅਤੇ ਪਹਿਲੀ ਵਾਰ ਹੀ ਮਿਲੇ, ਮੈਂ ਕਿਹਾ ਕਿਉਂਕਿ ਮੈਂ ਇਹਦਾ ਕੰਮ ਦੇਖਿਆ ਸੀਗਾ, ਹੈ ਨਾ, ਅਤੇ ਮੈਂ ਮੇਰੇ ਕੰਮ ਕਰਨ ਦਾ ਤਰੀਕਾ ਇਹ ਆ ਕਿ ਮੈਨੂੰ ਹੁੰਦਾ ਕਿ ਯਾਰ ਜੇ ਵਧੀਆ ਆਰਟਿਸਟ ਆ ਨਾ, ਅਤੇ ਜੇ ਉਹ ਮੇਰਾ ਦੋਸਤ ਬਣ ਜੇ ਤਾਂ ਮੇਰੇ ਲਈ ਹੋਰ ਈਜ਼ੀ ਹੋ ਜੂਗਾ। ਅਸੀਂ ਮਿਲੇ ਅਤੇ ਇਹਨਾਂ ਨੇ ਬਹੁਤ ਹੀ ਮਤਲਬ ਜਿਹਨੂੰ ਮਿਲਿਆ ਚੰਗੇ ਇਨਸਾਨ ਸੀਗੇ, ਅਤੇ ਔਰ ਜਿਹੜੀ ਇਹਨਾਂ ਨੇ ਮੇਰੇ ਗਾਣੇ ਸੁਣੇ ਸੀਗੇ, ਸੋ ਇੱਕ ਕੰਫਰਟ ਜ਼ੋਨ ਬਣ ਜਾਂਦਾ, ਅਸੀਂ ਦੋਸਤ ਬਣ ਗਏ। ਅਤੇ ਇਹਨਾਂ ਨੇ ਜੋ ਸਟੋਰੀ ਸੁਣਾਈ, ਇਹਨਾਂ ਨੂੰ ਬਹੁਤ ਪਸੰਦ ਆਈ, ਸੋ ਇਹਦਾ ਰਲ ਮਿਲ ਕੇ ਅਸੀਂ ਸਾਰੇ ਇੱਕ ਫਰੈਂਡ ਬਣ ਗਏ, ਅਤੇ ਤਾਂ ਕਰਕੇ ਉਹ ਜੋ ਵੀ ਅਸੀਂ ਇੱਕ ਗੁਲਦਸਤਾ ਲੈ ਕੇ ਆਏ ਨਾ, ਉਹ ਸਾਰਿਆਂ ਦਾ ਯੋਗਦਾਨ ਹੈ ਬ੍ਰਦਰ। ਇਟਸ ਅ ਟੀਮ ਐਫਰਟ। ਐਗਜੈਕਟਲੀ, ਹੈ ਨਾ, ਐਗਜੈਕਟਲੀ। ਸੋ ਜਿੱਦਾਂ ਉਹਨਾਂ ਨੇ ਕਿਹਾ ਵੀ ਤੁਸੀਂ ਟਾਈਟਲ ਸੁਣਦੇ ਹੀ ਮਤਲਬ ਡਨ ਕਰ ਦਿੱਤਾ, ਕਹਾਣੀ ਵੀ ਨਹੀਂ ਸੁਣੀ, ਇੱਦਾਂ ਕਿਉਂ? ਮਤਲਬ ਮੈਡੀਕਲ ਸਟੂਡੈਂਟ ਹੋ ਤੁਸੀਂ? ਨਹੀਂ, ਮੈਡੀਕਲ ਰੀਜ਼ਨ ਹੈ ਇਹਦੇ ਪਿੱਛੇ। ਮੈਂ ਹਮੇਸ਼ਾ ਹਰ ਜਗ੍ਹਾ ਦੱਸਦੀ ਹਾਂ, ਮੈਂ ਅਲਜ਼ਾਈਮਰ ਜਿਸ ਤਰ੍ਹਾਂ ਹੀ ਕਿਹਾ ਨਾ, ਪਹਿਲੇ ਤਾਂ ਅਸੀਂ, ਮੈਂ ਤਾਂ ਭਿੰਦਾ ਬਹੁਤ ਸਾਲਾਂ ਤੋਂ ਫਰੈਂਡ ਹਾਂ, ਅਤੇ ਭਿੰਦੇ ਨੇ ਪਹਿਲੀ ਵਾਰੀ ਮੈਨੂੰ ਕਿਹਾ ਕਿ ਮੈਂ ਕੁਛ ਨਵਾਂ ਡਿਫਰੈਂਟ ਕਰਨ ਜਾ ਰਿਹਾ ਅਤੇ ਮੈਨੂੰ ਮੇਰੇ ਲੋਕਾਂ ਦੀ ਲੋੜ ਹੈ, ਸੋ ਤੂੰ ਬਸ ਇਹ ਕਰ। ਮੈਂ ਕਿਹਾ ਅੱਛਾ ਕੀ ਹੈ? ਦੈਨ ਹੀ ਸੈਡ ਅਲਜ਼ਾਈਮਰ, ਅਤੇ ਮੈਂ ਕਿਹਾ ਓਕੇ। ਅਤੇ ਭਿੰਦਾ ਵਾਜ਼ ਲਾਈਕ ਕਿ ਕੁਛ ਤਾਂ ਪੁੱਛੇਗੀ ਕੀ, ਕਹਿੰਦਾ ਤੂੰ ਸਟੋਰੀ ਨਹੀਂ ਸੁਣਨੀ? ਮੈਂ ਕਿਹਾ ਸਟੋਰੀ ਮੈਂ ਦੱਸ ਦਿੰਦੀ ਹਾਂ ਕੀ ਹੈ। ਵਾਈ? ਬਿਕੋਜ਼ ਅਲਜ਼ਾਈਮਰ ਮੇਰੀ ਫੈਮਿਲੀ 'ਚ ਹੈ। ਅੱਛਾ। ਮਾਈ ਦਾਦੂ ਹੈਜ਼ ਅ ਸੀਵੀਅਰ ਅਲਜ਼ਾਈਮਰ, ਉਹਨਾਂ ਦੇ ਕੋਲ 24/7 ਇੱਕ ਬੰਦਾ ਰਹਿੰਦਾ, ਐਂਡ ਮੈਨੂੰ ਪਤਾ ਹੈ ਕਿ ਅਲਜ਼ਾਈਮਰ ਪੇਸ਼ੈਂਟ ਦੀ ਕੀ ਸਫਰਿੰਗ ਹੈ, ਅਤੇ ਸਭ ਤੋਂ ਜ਼ਿਆਦਾ ਸਫਰਿੰਗ ਉਹਨਾਂ ਦੀ ਜਿਹੜੇ ਉਹਨਾਂ ਦੇ ਲਵਡ ਵਨਸ ਹੈ, ਮਾਈ ਫਾਦਰ, ਮਾਈ ਮਦਰ, ਐਵਰੀ ਵਨ ਹੂ ਸਰਾਊਂਡਡ, ਹੈ ਨਾ, ਉਹਨਾਂ ਦੇ। ਅਤੇ ਅਲਜ਼ਾਈਮਰ ਮੈਂ ਇਸੇ ਕਰਕੇ ਹਾਂ ਕੀਤੀ ਕਿਉਂਕਿ ਮੈਂ ਆਪ ਵੀ ਚਾਹੁੰਦੀ ਸੀ, ਕਿਉਂਕਿ ਸਾਨੂੰ ਵੀ ਸ਼ੁਰੂ 'ਚ ਨਹੀਂ ਪਤਾ ਸੀ ਕਿ ਅਲਜ਼ਾਈਮਰ ਹੈ ਕਿ ਅਨਟਿਲ ਮੇਰੇ ਦਾਦੂ ਨੂੰ ਨਹੀਂ ਹੋਇਆ। ਸਾਨੂੰ ਲੱਗਦਾ ਸੀ ਕਿ ਅਜੀਬ ਜਿਹੀਆਂ ਹਰਕਤਾਂ ਕਿਉਂ ਕਰਦੇ ਆ, ਬਾਰ ਬਾਰ ਰਿਪੀਟ 'ਤੇ ਕਿਉਂ ਚੀਜ਼ਾਂ ਬੋਲਦੇ ਆ, ਭੁੱਲ ਕਿਉਂ ਜਾਂਦੇ ਆ? ਹੁਣ ਤਾਂ ਉਹਨਾਂ ਦਾ ਇੰਨਾ ਕੁ ਜ਼ਿਆਦਾ ਹੈ, ਹੀ ਡੋਂਟ ਈਵਨ ਰਿਕੋਗਨਾਈਜ਼ ਹਿਜ ਓਨ ਸਨ, ਵਾਈਫ, ਉਹਨਾਂ ਨੂੰ ਨਾ ਆਪਣੇ ਬੱਚੇ ਯਾਦ ਹੈ ਨਾ ਆਪਣੀ ਵਾਈਫ। ਮਤਲਬ ਮੇਰੇ ਜੇ ਦਾਦੀ ਸਾਹਮਣੇ ਹੁੰਦੇ ਆ ਕਿਸੇ ਵੇਲੇ, ਅਚਾਨਕ ਕਹਿੰਦੇ ਆ ਕਿਹਦੀ ਮਾਤਾ ਬੈਠੀ ਹੈ ਇੱਥੇ, ਯੂ ਨੋ, ਕਦੀ ਉਹਨਾਂ ਨੂੰ ਅਚਾਨਕ ਫਲੈਸ਼ 'ਚ ਆ ਜਾਂਦਾ ਕਿ ਨਰੇਸ਼ ਮੇਰਾ ਮੁੰਡਾ, ਐਂਡ ਦੈਨ ਅਚਾਨਕ ਉਹਨਾਂ ਨੂੰ ਹੁੰਦਾ ਮੈਂ ਕਿੱਥੇ ਹਾਂ,
ਤੁਸੀਂ ਕੌਣ ਹੋ, ਮੈਨੂੰ ਕਿੱਥੇ ਬੰਨ ਕੇ ਲਿਆਏ ਹੋ, ਮੈਂ ਆਪਣੇ ਘਰ ਜਾਣਾ, ਇੰਨਾ ਕੁ ਜ਼ਿਆਦਾ ਸੀਰੀਅਸ ਹੋ ਜਾਂਦਾ ਕਿ ਉਹ ਕਦੀ ਦੀਵਾਰ ਨਾਲ ਆਪਣਾ ਸਰ ਮਾਰਦੇ ਆ, ਮੈਨੂੰ ਘਰ ਛੱਡ ਕੇ ਆਓ, ਰੋਟੀ ਖਾ ਲਈ ਹੈ, ਰੋਟੀ ਨਹੀਂ ਦਿੱਤੀ, ਤੁਸੀਂ ਲੋਕਾਂ ਨੇ ਮੈਨੂੰ ਮਾਰ ਦੇਣਾ, ਕਦੀ ਇੰਨੇ ਸਵੀਟ ਹੋ ਜਾਂਦੇ ਆ, ਕਦੀ ਇੰਨੇ ਡਰਮੈਟਿਕ ਹੋ ਜਾਂਦੇ ਆ, ਕਦੀ ਇੰਨੇ ਅਗਰੈਸਿਵ ਹੋ ਜਾਂਦੇ ਆ, ਤਾਂ ਇਟਸ ਵੈਰੀ ਡਿਫੀਕਲਟ। ਜਦੋਂ ਇਹਨਾਂ ਨੇ ਕਿਹਾ, ਮੈਂ ਕਿਹਾ ਮੈਂ ਡੈਫੀਨੇਟਲੀ ਕਰਾਂਗੀ, ਬਿਕੋਜ਼ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਸਮਝਣਾ, ਕਿਸ ਤਰ੍ਹਾਂ ਚੀਜ਼ ਤੋਂ ਨਿਕਲੋ, ਕਿਸ ਤਰ੍ਹਾਂ ਚੀਜ਼ ਨੂੰ ਹੈਂਡਲ ਕਰੋ, ਕਿਉਂਕਿ ਇਹਦਾ ਕਿਓਰ ਨਹੀਂ ਹੈ। ਅਲਜ਼ਾਈਮਰ ਡੋਂਟ ਹੈਵ ਐਨੀ ਕਿਓਰ, ਐਂਡ ਜਿਹਨੂੰ ਹੈ ਸਿਰਫ ਉਹਨੂੰ ਤੁਹਾਡੇ ਆਪਣਿਆਂ ਦੀ ਹੀ ਲੋੜ ਹੁੰਦੀ ਹੈ। ਐਗਜ਼ੈਕਟਲੀ, ਤੁਹਾਨੂੰ ਚਾਹੀਦਾ ਹੀ ਕੋਈ ਹੈ ਕਿ ਸਿਰਫ ਹੁਣ ਜਦੋਂ ਇਹ ਜਿਹਨੂੰ ਹੋ ਗਈ ਹੈ, ਉਹਦਾ ਵਿਚਾਰੇ ਦਾ ਤਾਂ ਉਹਨੂੰ ਪਤਾ ਹੀ ਨਹੀਂ ਅੱਜ ਉਹ ਹੱਸ ਰਿਹਾ, ਦੋ ਪਲ ਚੋਰ ਹੋ ਰਿਹਾ, ਪਰ ਉਹਨੂੰ ਜੋ ਚਾਹੀਦਾ ਨਾ, ਤੁਹਾਡਾ ਆਪਣਾ ਕੋਈ ਚਾਹੀਦਾ ਜਿਹੜੇ ਤੁਹਾਡੇ ਸਾਰੇ ਮੂਡ ਸਵਿੰਗਸ ਹੈਂਡਲ ਕਰੇ, ਜਿਹੜੀ ਤੁਹਾਡੀ ਸਾਰੀ ਚੰਗੀ ਬੁਰਾਈ ਹਰਕਤਾਂ ਬਰਦਾਸ਼ਤ ਕਰੇ, ਭਾਵੇਂ ਤੁਹਾਡੇ ਥੱਪੜ ਵੀ ਖਾਵੇ। ਯਾ, ਇਟ ਇਜ਼ ਦੈਟ ਸੀਰੀਅਸ, ਐਂਡ ਆਈ ਹੈਵ ਸੀਨ ਇਟ। ਦੇਅਰ ਇਜ਼ ਨੋ ਟ੍ਰੀਟਮੈਂਟ ਫੋਰ ਅਲਜ਼ਾਈਮਰ ਪੇਸ਼ੈਂਟ, ਕਿਉਂਕਿ ਇਹ ਮੋਸਟ ਪ੍ਰੋਬਲੀ 60 ਜਾਂ 65 ਤੋਂ ਬਾਅਦ ਹੁੰਦਾ, ਲੇਕਿਨ 10% ਲੋਕਾਂ ਨੂੰ ਕਿਸੇ ਵੀ ਏਜ 'ਚ ਹੋ ਸਕਦਾ। ਹਾਂ, ਕਿਉਂਕਿ ਤੁਹਾਡਾ ਸੀਰੀਜ਼ 'ਚ ਕਿਰਦਾਰ ਜਿਹੜਾ ਯੰਗ 33 ਈਅਰ ਓਲਡ ਹੈ ਨਾ, ਕਰੈਕਟਰ ਪਲੇ ਕਰ ਰਿਹਾ ਮੈਂ, ਸੋ ਕਦੇ ਵੀ ਹੋ ਸਕਦਾ। ਲੇਕਿਨ ਇੱਕ ਆਪਾਂ ਅੰਡਰਸਟੈਂਡਿੰਗ ਕਰਦੇ, ਜਿੱਦਾਂ ਅਗਰ ਗੋਰਿਆਂ ਦੀ ਕਮਿਊਨਿਟੀ ਲਈ ਹੈ ਨਾ, ਦੇ ਅਗਰ ਉਹਨਾਂ ਬੱਚੇ ਕੁਛ ਕਹਿਣਗੇ ਤਾਂ ਬੜੇ ਪਿਆਰ ਨਾਲ ਗੱਲ ਸੁਣਗੇ, ਕਿ ਉਹਨਾਂ ਦੇ ਫਰੈਂਡ ਹੁੰਦੇ ਨੇ। ਸੋ ਆਪਣੇ ਆਈ ਥਿੰਕ ਹਲੇ ਅਵੇਅਰਨੈਸ ਹੈ ਨਹੀਂ ਗੀ, ਆਪਾਂ ਇਗਨੋਰ ਮਾਰਦੇ, ਕੁਛ ਨਹੀਂ ਹੋਇਆ ਹੋਣਾ, ਐਵੇਂ ਹੀ ਆ ਤੈਨੂੰ ਫਲਾਨਾ ਆ, ਲੇਕਿਨ ਨਹੀਂ, ਆ ਸਾਨੂੰ ਅਗਰ ਕੋਈ ਬੱਚਾ ਦੱਸਦਾ ਆ ਕੇ ਜਾਂ ਸਾਨੂੰ ਉਸ 'ਚ ਸਿਮਟਮ ਦੱਸਦੇ ਨੇ, ਤਾਂ ਸਾਨੂੰ ਡੈਫੀਨੇਟਲੀ ਉਹ ਡਾਕਟਰ ਕੋਲ ਲੈ ਕੇ ਜਾਣਾ ਚਾਹੀਦਾ, ਉਹਨੂੰ ਸਮਝਣਾ ਚਾਹੀਦਾ ਕਿ ਕਦੇ ਵੀ ਹੋ ਸਕਦਾ 10-20% ਨੂੰ। ਸੋ ਅਲਜ਼ਾਈਮਰ ਦਾ ਮਤਲਬ ਕੋਈ ਐਸਾ ਇਲਾਜ ਨਹੀਂ ਹੈ, ਸਿਰਫ ਉਹਨੂੰ ਤੁਸੀਂ ਇੱਕ ਪੈਂਪਰ ਕਰਕੇ ਜਾਂ ਉਹਨੂੰ ਸਕੇਅਰ ਹੀ ਆ, ਕੇਅਰ ਆ, ਦੈਟਸ ਇਟ, ਦੈਟਸ ਇਟ। ਸੋ ਤੁਹਾਡੇ ਤੱਕ ਕਿਰਦਾਰ ਕਿਵੇਂ ਪਹੁੰਚਿਆ, ਕਿਉਂਕਿ ਜਦੋਂ ਤੁਸੀਂ ਹਸਾ ਕੇ ਲੋਕਾਂ ਨੂੰ ਇੰਨਾ ਐਂਟਰਟੇਨ ਕਰੋ ਵੈਬ ਸੀਰੀਜ਼ ਦੇ ਨਾਲ, ਮੁੜ ਕੇ ਤੁਸੀਂ ਫਿਰ OTT ਕਰੋ, ਇੱਕ ਸਵਾਲ ਤੁਹਾਨੂੰ ਇਹ ਵੀ ਬਣਦਾ, ਕਿਉਂਕਿ ਤੁਸੀਂ ਐਡ ਵੀ ਕੀਤੀ ਦਲਜੀਤ ਭਾਅ ਜੀ ਨਾਲ, ਗਾਂ ਉਹਦੇ ਬਾਰੇ ਬਾਅਦ 'ਚ ਗੱਲ ਕਰਾਂਗੇ, ਕਿ ਮੇਨ ਸਟ੍ਰੀਮ ਫਿਲਮ ਦੇ ਵਿੱਚ ਅਜੇ ਤੱਕ ਆਉਣ ਨੂੰ ਟਾਈਮ ਕਿਉਂ ਲੱਗ ਰਿਹਾ ਜ਼ਿਆਦਾ? ਮੇਨ ਸਟ੍ਰੀਮ ਜੀ, ਮੈਂ ਇੱਦਾਂ ਨਹੀਂ ਵੀ ਆਫਰਸ ਨਹੀਂ ਹੋਈਆਂ, ਬਾਕੀ ਜਿਵੇਂ ਮੈਂ ਥੋੜ੍ਹਾ ਕਰੈਕਟਰ ਦੀ ਸਪੇਸ ਮੈਨੂੰ ਥੋੜ੍ਹੀ ਪਸੰਦ ਆਈ, ਜਾ ਕੇ ਯਾਰ ਜਿਗਰੀ ਕਰ ਲਿਆ ਸੀਗਾ, ਉਹ 'ਚ ਡਿਫਰੈਂਟ ਕਰੈਕਟਰ ਸੀਗਾ ਜੀ, ਹੈ ਨਾ। ਉਹ ਤੋਂ ਬਾਅਦ ਥੋੜ੍ਹੇ ਕੌਮਿਕ ਹੀ ਆਫਰ ਹੋਏ, ਥੋੜ੍ਹੇ ਛੋਟੇ ਸੀ ਕਰੈਕਟਰ, ਜਾਂ ਤੁਸੀਂ ਲਾ ਲਓ ਮੇਨ ਸਟ੍ਰੀਮ ਫਿਲਮਾਂ ਆਪਣੀਆਂ ਟੋਟਲੀ ਬੇਸਡ ਔਨ ਕੋਮੇਡੀ ਹੁੰਦੀਆਂ ਨੇ ਜੀ, ਹੈ ਨਾ। ਸੋ ਕੁਛ ਡਿਫਰੈਂਟ ਕਰਨ ਦੀ ਚਾਹ ਵੀ ਹੁੰਦੀ ਹੈ ਕਰੈਕਟਰ ਦੀ, ਉਹ ਕਾਰਨ ਵੀ ਸੀਗੇ ਜੀ। ਬਾਕੀ ਜਿੱਦਾਂ ਤੁਸੀਂ ਅਲਜ਼ਾਈਮਰ ਦੀ ਗੱਲ ਕਰਦੇ ਹੋ, ਭਿੰਦਾ ਭਾਅ ਜੀ ਦਾ ਕੰਸੈਪਟ ਬਹੁਤ ਸੋਹਣਾ ਸੀਗਾ ਜੀ। ਸੋ ਜਦੋਂ ਅਸੀਂ ਮਿਲੇ ਅਤੇ ਭਾਅ ਜੀ ਕਹਿੰਦੇ ਵੀ ਯਾਰ ਇਹ ਨਾ ਸੋਚੀ ਵੀ ਜੋ ਆਮ ਬਣਦੀਆਂ ਫਿਲਮਾਂ ਮੈਂ ਉਹ ਬਣਾ ਰਿਹਾ। ਸੋ ਇਟਸ ਅ ਵੈਰੀ ਡਿਫਰੈਂਟ ਮੂਵੀ। ਫਿਰ ਜਦੋਂ ਭਾਅ ਜੀ ਨੇ ਸੁਣਾਈ, ਇਹ ਜਦੋਂ ਤੁਸੀਂ ਮੂਵੀ ਦੇਖੋਗੇ ਨਾ, ਇਹਦੀ ਜਿਹੜੇ ਸਕਰੀਨ ਪਲੇ ਬਹੁਤ ਸੋਹਣਾ ਜੀ, ਹੈ ਨਾ। ਇਹ ਵੈਰੀ ਨੋਨ ਲੀਨੀਅਰ, ਲੀਨੀਅਰ ਫਲੈਸ਼ਬੈਕਸ, ਹੈ ਨਾ, ਬਹੁਤ ਇਟਸ ਵੈਰੀ ਗੁੱਡ ਰਿਟਨ ਮੂਵੀ, ਹੈ ਨਾ। ਸੁਪਿੰਦਰ ਬਾਈ ਨੇ ਬਹੁਤ ਸੋਹਣੀ ਲਿਖੀ ਹੈ। ਅਤੇ ਇੱਕ ਬਾਈ ਉਹਨਾਂ ਦੀ ਗੱਲ ਆ, ਜਿੱਦਾਂ ਜਿਹੜਾ ਇੱਕ ਬਿਮਾਰੀ ਅਲਜ਼ਾਈਮਰ ਬਾਰੇ ਦਾ ਆਪਾਂ ਦੱਸ ਹੀ ਰਹੇ ਹਾਂ ਵੀ ਅਸੀਂ ਉਸ ਟਾਈਮ ਹੈਗੇ ਵੀ ਬਾਹਰ ਸੀਗੇ ਜੀ। ਸੋ ਗੱਲ ਪੰਜਾਬ ਦੀ ਹੋ ਰਹੀ ਸੀਗੀ। ਸੋ ਇਹ ਚੀਜ਼ਾਂ ਸੀਗੀਆਂ ਜੀ। ਬਾਕੀ ਮੇਨ ਸਟ੍ਰੀਮ ਵਾਲੀ ਗੱਲ ਆ, ਉਹ ਜਲਦੀ ਕਰਾਂਗੇ ਜੀ, ਉਹ ਵੀ ਹਲੇ ਬਸ ਗੱਲਾਂ ਚੱਲੀ ਜਾਂਦੀਆਂ ਨੇ, ਮਤਲਬ ਉਹ ਸਾਰਾ ਓਨ ਪੇਪਰ ਹੋ ਰਿਹਾ ਕੰਮ ਸਾਰਾ ਪਿੱਛੇ। ਸੋ ਭਾਅ ਜੀ ਤੁਹਾਨੂੰ ਮਤਲਬ ਐਜ ਡਾਇਰੈਕਟਰ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਕਿਉਂਕਿ ਤੁਸੀਂ ਪਹਿਲਾਂ ਐਕਟਰ ਸਿੰਗਰ ਜਦੋਂ ਕੰਮ ਕਰਦੇ ਆ, ਪਰਫੋਰਮ ਕਰਦੇ ਆ ਕੈਮਰੇ ਅੱਗੇ, ਡਾਇਰੈਕਸ਼ਨ ਦੀ ਇੱਕ ਆਪਣੀ ਜ਼ਿੰਮੇਵਾਰੀ ਹੁੰਦੀ ਆ, ਪੂਰਾ ਕਨਸੈਪਟ ਦੇਖਣਾ, ਪੂਰਾ ਕਿਊ ਦੇਖਣਾ, ਕਹਾਣੀ ਵੇਖਣੀ ਚੰਗੇ ਤਰੀਕੇ ਨਾਲ ਕੈਮਰੇ 'ਚ ਰਿਕਾਰਡ ਹੋ ਰਹੀ ਹੈ ਕਿ ਨਹੀਂ ਹੋ ਰਹੀ ਆ, ਹੈ ਨਾ, ਇੱਕ ਜ਼ਿੰਮੇਵਾਰੀ ਹੁੰਦੀ, ਉਹ ਤੋਂ ਐਸਾ ਕਿਰਦਾਰ ਕਰਨਾ ਜਿਹਨੂੰ ਸਭ ਕੁਝ ਭੁੱਲ ਵੀ ਜਾਂਦਾ। ਕਰੈਕਟਰ 'ਚ ਸੀ, ਮੈਂ ਕਰੈਕਟਰ 'ਚ
ਚੀਜ਼ਾਂ ਉਹਦੇ ਕਈ ਚੀਜ਼ਾਂ ਰਿਪੀਟ ਚ ਹੁੰਦੀਆਂ ਸੀ, ਕਈ ਚੀਜ਼ਾਂ ਭੁੱਲ ਜਾਂਦੀਆਂ ਸੀ, ਅਸੀਂ ਤੇ ਚਲੋ ਦੋਸਤ ਅਸੀਂ ਹਾਸਾ ਮਜ਼ਾਕ ਕਰ ਲੈਂਦੇ ਸੀ, ਬਹੁਤ ਇਸ ਤਰ੍ਹਾਂ ਹੁੰਦਾ ਸੀ ਪਿੰਦਰ ਨੇ ਰਿਪੀਟ ਤੇ ਬੋਲਣ ਲੱਗ ਜਾਣਾ, ਮੈਂ ਕਹਿੰਦੀ ਕਰੈਕਟਰ ਚੋਂ ਬਾਹਰ ਆਓ ਪੈਕਅਪ ਹੋ ਚੁੱਕਾ ਹੈ। ਡਾਇਰੈਕਟਰ ਏਡੀ ਵੀ ਆਪ ਹੀ ਸੀ, ਕੋਸਟਿਊਮ ਵੀ ਆਪ ਹੀ, ਮਤਲਬ ਬਾਕੀ ਵੀ ਕਰਦੇ ਸੀ ਪਰ ਮੇਨ ਫੋਕਸ ਇਹਨਾਂ ਦਾ ਹੁੰਦਾ ਸੀ ਕਿ ਮੈਂ ਸਾਰੀਆਂ ਚੀਜ਼ਾਂ ਦੇਖ ਲਾਂ, ਹੁਣ ਸ਼ੂਟਿੰਗ ਲੋਕੇਸ਼ਨ ਦਾ ਵੀ ਧਿਆਨ ਰੱਖਣਾ, ਯੇ ਵੋ। ਇੱਕ ਇਹਨਾਂ ਦੀ ਤਾਂ 10 ਜਣਿਆਂ ਦੀ ਜੋਬ ਸੀ ਜੋ ਸਾਡੀ 3 ਜਣਿਆਂ ਦੀ ਸੀ, ਆਰਟਿਸਟ ਦੀ, ਇਹ 10 ਜਣਿਆਂ ਦੀ ਨਿਭਾ ਰਹੇ ਸੀ, ਤੇ ਇਸੇ ਕਰਕੇ ਇਹਨਾਂ ਤੇ ਬਹੁਤ ਪ੍ਰੈਸ਼ਰ ਸੀ, ਫਿਲਮ ਦਾ ਪ੍ਰੈਸ਼ਰ, ਉੱਤੋਂ ਕਰੈਕਟਰ ਦੇ ਵਿੱਚ ਰਹਿਣਾ, ਉਹ ਕਹਾਣੀ ਰੀਅਲ ਚ ਸੀ, ਲੁੱਕ ਵੀ ਉਹੋ ਜਿਹਾ ਹੁੰਦਾ ਸੀ ਨਾ ਕਿਉਂਕਿ ਵਾਲ ਦਾੜੀ ਇਹ ਵੋ, ਹੈ ਨਾ, ਅਸੀਂ ਇੰਨਾ ਹੱਸਣਾ ਰਾਤੀ ਪਿੰਦੇ ਨੇ ਜਦੋਂ ਟਾਇਰਡ ਹੋਣਾ ਨਾ ਪਿੰਦੇ ਦੇ ਪੂਰੇ 12 ਵਜੇ ਹੁੰਦੇ ਸੀ ਮੂੰਹ ਦੇ ਉੱਤੇ ਕਿ ਹਾਲੇ 10 ਵਜੇ 12 ਇਹਨਾਂ ਦੇ ਪਹਿਲਾਂ ਹੀ ਵੱਜ ਗਏ ਆ। ਪਰ ਇਹਨਾਂ ਸਾਰਿਆਂ ਦੀ ਹੈਲਪ ਬਹੁਤ ਸੀ, ਇਹ ਇੰਨਾ ਸੁਰਬੀ ਠੀਕ, ਇਹਨਾਂ ਨੇ ਹੁਣ ਇਹਨਾਂ ਦੇ ਅਗਰ ਸੀਨ ਨਹੀਂ ਵੀ ਹੈਗੇ ਤੇ ਮੋਸਟਲੀ ਇਹੀ ਤਾਂ ਬੈਨੀਫਿਟ ਆ, ਜਿਹੜੇ ਟੈਲੈਂਟਡ, ਇਸ ਕਰਕੇ ਨਹੀਂ ਕਿ ਫਰੈਂਡ ਨੇ, ਟੈਲੈਂਟਡ ਨੇ, ਹੈ ਨਾ, ਕਿਉਂਕਿ ਮੈਂ ਅੱਗੇ ਵੀ ਜਿਹੜੀਆਂ ਫਿਲਮਾਂ ਕਰਨੀਆਂ ਨੇ, ਲਾਈਕ ਇਹ ਨਹੀਂ ਕਿ ਸਾਡੀਆਂ ਫਿਲਮਾਂ, ਕਿਉਂਕਿ ਮੈਂ ਬਹੁਤ ਪਰਫੈਕਸ਼ਨ 'ਚ ਕੰਮ ਕਰਨਾ ਚਾਹੁੰਦਾ, ਪਰਫੈਕਟ ਸਾਡੀ ਫਿਲਮ, ਲੋਕ ਇਹ ਨਹੀਂ ਕਹਿਣ ਸੁਪਰ ਹਿੱਟ ਕੋਈ ਗੱਲ ਨਹੀਂ, ਕਿਉਂਕਿ ਕਹਿਣ ਕਿ ਯਾਰ ਇਹਨਾਂ ਦਾ ਗਰੁੱਪ ਜੋ ਫਿਲਮ ਬਣਾਉਂਦਾ ਨਾ ਪਰਫੈਕਟ ਹੁੰਦੀ ਹੈ ਯਾਰ, ਕੋਈ ਵੱਖਰਾ ਦੇਖਣ ਨੂੰ ਮਿਲਦਾ, ਹੈ ਨਾ। ਸੋ ਇਹ ਟੈਲੈਂਟਡ ਨੇ, ਉੱਪਰੋਂ ਜਦੋਂ ਇਹਨਾਂ ਦਾ ਕੰਮ ਨਹੀਂ ਵੀ ਹੁੰਦਾ ਸੀ ਤਾਂ ਵੀ ਖੜ੍ਹੇ ਹੁੰਦੇ ਸੀ ਪਿੱਛੇ ਵਰਗੇ ਦੇਦਾ ਹੈਗੇ ਆ ਨਾ, ਓਕੇ। ਸੋ ਇਹ ਬਹੁਤ ਮਤਲਬ ਜ਼ਰੂਰੀ ਆ ਕਿ ਚੰਗੇ ਦੋਸਤ ਤੁਹਾਡੇ ਨਾਲ ਹੋਣ, ਹਾਂ ਜੀ, ਕਿ ਬੰਦੇ ਨੂੰ ਹੁੰਦਾ ਕਿ ਮੇਰੇ ਨਾਲ ਕਰਨ ਵਾਲੇ, ਹਾਂਜੀ। ਸੋ ਮਤਲਬ ਇਹ ਸੱਚੀ ਤੁਸੀਂ ਕਰੈਕਟਰ 'ਚ ਹੋ ਜਾਂਦੇ ਸੀ, ਕਈ ਵਾਰੀ ਚੀਜ਼ਾਂ ਹੋ ਜਾਂਦੀਆਂ, ਉਹ ਜਦੋਂ ਬਾਅਦ 'ਚ ਕਹਿ ਦਿੰਦੇ ਨੇ ਮੈਂ ਕਰੈਕਟਰ 'ਚ ਮੈਂ ਐਕਟਿੰਗ ਕਰ ਰਿਹਾ। ਮੈਂ ਤੈਨੂੰ ਹੋਰ ਕਿਹਾ ਸੀ, ਮੈਂ ਇਹਨਾਂ ਨੂੰ ਹੋਰ ਕਿਹਾ, ਮੈਂ ਕਿਹਾ ਮੈਨੂੰ ਇੱਕ ਗੱਲ ਦੱਸ ਦਿਓ ਤੁਸੀਂ ਸਾਰੇ, ਕਿਸੇ ਨੂੰ ਗਾਲਾਂ ਤਾਂ ਨਹੀਂ ਕਢਾਉਣੀਆਂ ਕਿਤੇ, ਉਹ ਕਿਹਾ ਭਾਜੀ, ਮੈਂ ਕਿਹਾ ਬਾਕੀ ਕਹਿ ਦਿਓ ਕਿ ਭੁੱਲ ਗਿਆ, ਕਰੈਕਟਰ 'ਚ ਸੀਗਾ, ਕਰੈਕਟਰ ਸੀਗਾ, ਮੈਂ ਕਿਹਾ ਕਹਿ ਦਿਓ ਇਹਨਾਂ ਦਾ ਕਸੂਰ ਹੀ, ਭੁੱਲ ਗਿਆ, ਭੁੱਲ ਗਿਆ। ਸੋ ਭਾਜੀ ਜਦੋਂ ਬਾਹਰ ਸ਼ੂਟ ਕਰਦੇ ਹੋਣੀ, ਮਤਲਬ ਸੁਰਬੀ ਦੀ ਆਂਸਰ 'ਚੋਂ ਨਾ ਇੱਕ ਸਵਾਲ ਨਿਕਲਦਾ, ਸਾਰਾ ਕੁਝ ਤੁਸੀਂ ਮੈਨੇਜ ਕਰਦੇ ਹੋ, ਜਦੋਂ ਇੰਡੀਆ 'ਚ ਮੈਨੇਜ ਕਰਦੇ ਨਾ ਕਿ ਬਹੁਤ ਸਾਨੂੰ ਕੰਮਾਂ ਲਈ ਲੇਬਰ ਮਿਲ ਜਾਂਦੀ ਹੈ ਜਾਂ ਬਾਕੀ ਪ੍ਰੋਡਕਸ਼ਨ ਹਾਊਸਿਸ ਨੇ, ਸੋ ਟੀਮ ਮਿਲ ਜਾਂਦੀ ਆ ਉਸ ਲਿਮਿਟਿਡ ਬਜਟ ਦੇ ਵਿੱਚ, ਤਾਂ ਕਿ ਇੱਕ ਬੰਦੇ 'ਚ ਜ਼ਿਆਦਾ ਪ੍ਰੈਸ਼ਰ, ਜਦੋਂ ਅਸੀਂ ਬਾਹਰ ਕਰਦੇ ਸਾਡੇ ਕੋਲ ਇਹੋ ਜਿਹੇ ਲਗਜ਼ਰੀ ਨਹੀਂ ਹੁੰਦੀ, ਉਹੋ ਜਿਹੀ ਟੀਮ ਨਹੀਂ ਹੁੰਦੀ, ਸਾਰਾ ਕੁਝ ਆਪ ਦੇਖਣਾ ਪੈਂਦਾ। ਤੁਹਾਨੂੰ ਲੱਗਦਾ ਕਿ ਜਦੋਂ ਬਾਹਰ ਅਸੀਂ ਸ਼ੂਟ ਕਰਦੇ ਹਾਂ ਕਿ ਬਹੁਤ ਸਾਰਾ ਕੁਝ ਸਾਨੂੰ ਚੈਲੰਜਸ ਫੇਸ ਕਰਨੇ, ਚੈਲੰਜ ਹੁੰਦਾ ਬ੍ਰਦਰ, ਉਹਦਾ ਹੁੰਦਾ, ਉਹਦੇ ਦੋ, ਮੈਂ ਆਪਣਾ ਐਕਸਪੀਰੀਅੰਸ ਹੀ ਸ਼ੇਅਰ ਕਰਦਾ ਹੁੰਦਾ, ਕਿਉਂਕਿ ਇਸ ਫਿਲਮ 'ਤੇ ਜਿਹੜਾ ਪੈਸਾ ਲੱਗਾ ਉਹ ਕਿਸੇ ਪ੍ਰੋਡਿਊਸਰ ਦਾ ਨਹੀਂ, ਉਹ ਮੇਰੇ ਦੋਸਤ ਨੇ, ਧਰਮਵੀਰ ਥਾਂਦੀ ਭਾਜੀ, ਸਤਵਿੰਦਰ ਖੇਲਾ, ਗੁੱਲੂ ਪਰਾੜ, ਐਂ ਰਾਜਾ ਬੁੱਕਣ ਵਾਲਾ। ਸੋ ਮੇਰੀ ਜ਼ਿੰਮੇਵਾਰੀ ਸੀ ਕਿ ਮੈਂ ਉਨੇ ਕੁ ਪੈਸੇ ਆਪਣੇ ਦੋਸਤਾਂ ਦੇ ਲਵਾਵਾਂ ਜਿੰਨੇ ਕਿ ਐਟਲੀਸਟ ਪ੍ਰੋਫਿਟ ਨਹੀਂ ਉਨੇ ਤਾਂ ਵਾਪਸ ਕਰਦਾ, ਹੈ ਨਾ। ਸੋ ਲਵਾਉਣ ਮੈਂ ਬਹੁਤ ਲਵਾ ਦਿੰਦਾ, ਦੋਸਤੀ ਇਹ ਮੇਰੇ ਪੈਸੇ ਆ ਨਾ। ਸੋ ਉੱਥੇ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕੈਨੇਡਾ ਦੇ ਵਿੱਚ, ਲੇਕਿਨ ਉਹ ਹਾਲੀਵੁੱਡ ਦਾ ਕੰਮ ਕਰਕੇ ਜਾਓ ਕਰਕੇ ਲੇਬਰ ਬਹੁਤ ਮਹਿੰਗੀ ਹੈ, ਇੱਕ ਬੇਸਿਕ ਇੱਕ ਦਿਨ ਦੀ ਜਿਹੜੀ ਮਿਨੀਮਮ ਵੇਜਸ ਆ ਉਹ 150 to $200 ਆ, ਤੁਹਾਨੂੰ ਉੱਥੇ ਪੇ ਕਰਨੀ ਪੈਣੀ ਹੈ, ਕਰਨੀ ਪੈਣੀ ਹੈ, ਉੱਥੇ ਮਾਰ ਨਹੀਂ ਸਕਦੇ ਕਿਸੇ ਦੇ ਪੈਸੇ, ਮਾਰਨੇ ਵੀ ਨਹੀਂ ਚਾਹੀਦੇ, ਮਾਰਨੇ ਚਾਹੀਦੇ ਨਹੀਂ ਲੇਬਰ ਬ్రో, ਜਿਹੜਾ ਇੱਕ ਲਾਈਟ ਮੈਨ ਆ, ਇੱਕ ਸਪੌਟ ਬਾਏ ਜਿਹੜਾ ਸਾਰਾ ਦਿਨ ਪੈਂਦਾ ਕਿ ਸਰ ਚਾਏ ਪਾਣੀ, ਉਹਦੇ ਪੈਸੇ ਮਾਰੋਗੇ, ਜਾਂ ਇੱਕ ਲਾਈਟ ਮੈਨ ਵਿਚਾਰਾ ਖੜਾ ਆ ਉਹਦੇ ਪੈਸੇ ਮਾਰੋਗੇ, ਜਾਂ ਆਰਟ ਵਾਲੇ ਦੇ ਪੈਸੇ ਮਾਰੋਗੇ, ਫਿਰ ਤੁਸੀਂ ਕੀ ਐਕਸਪੈਕਟ ਕਰਦੇ ਕਿ ਤੁਹਾਡੀ ਫਿਲਮ ਹਿੱਟ ਹੋਵੇ? ਹਾਂ, ਅਸੀਂ ਨਹੀਂ ਕਰਨਾ ਬ్రో, ਨੀਤਾ ਨੂੰ ਮੁਰਾਦਾ, ਹਾਂ ਸਾਡੀਆਂ ਘੱਟ ਹੋਣਗੀਆਂ ਪਰ ਸਾਨੂੰ ਦੁਆਵਾਂ ਚਾਹੀਦੀਆਂ ਨੇ, ਮਾਵਾਂ ਦੀ ਬਹੁਤ ਲੋੜ ਆ। ਨਹੀਂ ਬਿਲਕੁਲ, ਇਹ ਬਹੁਤ ਸਾਰੇ ਆਰਟਿਸਟ ਵੀ ਰੀਸੈਂਟਲੀ, ਇੱਕ ਮੈਂ ਐਕਟਰਸ ਦੀ, ਮੈਂ ਨਾਮ ਲੋਕੀ ਲੈ ਐਕਟਰਸ ਦੀ ਇੰਟਰਵਿਊ ਦੇਖ ਰਿਹਾ ਸੀ, ਇੰਟਰਵਿਊ ਰਿਕਾਰਡ ਹੋ, ਕਹਿੰਦੇ ਸੀ ਸਾਡੀ ਇੰਡਸਟਰੀ 'ਚ ਇਹ ਆ ਕਿ ਜਿਹੜੇ ਥੱਲੇ ਲੈਵਲ ਵਾਲੇ ਬੰਦੇ ਹੁੰਦੇ ਇਹਨਾਂ ਦੇ ਬੜੇ ਪੈਸੇ ਮਾਰਦੇ ਨੇ, ਇਹ ਮਤਲਬ ਬਹੁਤ ਗਲਤ ਹੈ, ਬਹੁਤ ਗਲਤ ਆ।
ਮੈਨੂੰ ਮੈਂ ਦੱਸਦਾ ਇੱਕ ਲਾਈਟ ਅਲਜ਼ਾਈਮਰ ਹੋ ਜਾਂਦਾ ਹਾਂ ਇੱਕ ਨਾ ਪ੍ਰਤੀਕ ਆਪਣੇ ਲਾਈਫ ਮੈਂ ਨਾ ਉਸ ਕਸਬੇ ਤੋਂ ਮੇਰਾ ਉਹਦਾ ਹੈ ਸੰਤੋਸ਼ ਅਤੇ ਉਹ ਮੈਨੂੰ ਜਿੱਥੇ ਮੇਰਾ ਜਾਣ ਜਾਣਾ ਨਾ ਭਾਅ ਜੀ ਜੱਫੀ ਡਾਲ ਲਈ ਜੱਫੀ ਡਾਲ ਕੇ ਭਾਅ ਜੀ ਮੈਂ ਅੱਜ ਮੰਦਿਰ ਜਾ ਕੇ ਆਇਆ ਆਪਣੇ ਲਈ ਉਹ ਦੁਆਵਾਂ ਦਿੰਦੇ ਨੇ ਮੈਂ ਉਹਨੂੰ ਵਿਚਾਰੇ ਨੂੰ ਕਿ ਉਹਨੂੰ ਮੈਂ ਇੰਨਾ ਸਕਿਆ ਜਦੋਂ ਮੈਂ ਸੰਤੋਸ਼ ਇੱਧਰ ਆ ਨਾ ਬਾਤ ਕਰ ਚੱਲ ਬੈਠ ਕੇ ਚਾਹ ਪੀ ਲਏ ਕੁਛ ਨਹੀਂ ਕਰ ਸਕਦੇ ਇੱਕ ਬੋਲਬਾਣੀ ਹੀ ਚੰਗੀ ਕਰੋ ਤੁਹਾਨੂੰ ਤਾਂ ਵੀ ਦੁਆਵਾਂ ਮਿਲ ਜਾਂਦੀਆਂ ਨੇ ਸੋ ਦੁਆਵਾਂ ਬਹੁਤ ਕੰਮ ਕਰਦੀਆਂ ਨੇ ਬਰੋ ਉਹਨਾਂ ਦੇ ਪੈਸੇ ਮਾਰੋਗੇ ਫਿਰ ਐਕਸਪੈਕਟ ਨਹੀਂ ਕਰ ਸਕਦੇ ਤੁਹਾਡੇ ਕੰਮ ਹੈਡਫੋਨ ਫਿਰ ਇੰਟਰਵਿਊ ਤੋਂ ਬਹਿ ਕੇ ਵੱਡੀ ਵੱਡੀ ਗੱਲਾਂ ਨਹੀਂ ਕਰ ਸਕਦੇ ਆਹ ਕੀਤਾ ਉਹ ਕੀਤਾ ਟੀਮ ਨਹੀਂ ਨਾਰਾਜ਼ ਹੋਣੀ ਚਾਹੀਦੀ ਪਹਿਲੀ ਗੱਲ ਸੋ ਵੀ ਆਰ ਆ ਫੈਮਿਲੀ ਜਿਹੜੇ ਬਾਕੀ ਨਾਲ ਇੱਕ ਜਿਹੜਾ ਕੈਪਟਨ ਆਫ ਸ਼ਿਪ ਹੁੰਦਾ ਪਰ ਬਾਕੀ ਬੰਦੇ ਵੀ ਹੁੰਦੇ ਜਿਹੜੇ ਨਾਲ ਕੰਮ ਕਰਦੇ ਉਹਨਾਂ ਦਾ ਖਿਆਲ ਰੱਖਣਾ ਉਹਨਾਂ ਦੀ ਕਿਹੜਾ ਫੈਮਿਲੀਜ਼ ਆ ਕਿਉਂਕਿ ਉੱਧਰ ਜੇ ਰੋਟੀ ਨਹੀਂ ਜਾਊਗੀ ਉੱਧਰ ਨਹੀਂ ਜਾਊਗਾ ਉੱਧਰ ਬਾਥਰੂਮ ਵੀ ਨਿਕਲੂਗਾ ਹਨਾ ਉਹ ਬਾਅਦ 'ਚ ਪ੍ਰੋਜੈਕਟ 'ਤੇ ਅਸਰ ਪੈਂਦਾ ਤੁਹਾਡੀ ਗੱਲ ਠੀਕ ਹਨਾ ਸੋ ਫਿਰ ਇੰਨਾ ਵਧੀਆ ਕੰਸੈਪਟ ਸਾਰੀ ਮਿਹਨਤ ਕਰ ਲਈ ਹਾਂਜੀ ਓ ਟੀ ਟੀ ਪਲੈਟਫਾਰਮ ਕਿਉਂ ਚੁਣਿਆ ਹੈ ਕਿਉਂਕਿ ਮੈਂ ਵੱਡੇ ਸਿਨੇਮਾ ਦੇ ਵੱਡੇ ਪਰਦੇ ਉੱਤੇ ਲੈ ਕੇ ਜਾਵਾਂ ਫਿਲਮ ਨੂੰ ਕਿਉਂਕਿ ਚੌਪਾਲ ਜਿਵੇਂ ਅਗਰ ਮੈਂ ਗੱਲ ਕਰਾਂ ਸੋ ਚੌਪਾਲ ਜਿਹੜਾ ਹੈਗਾ ਆ ਉਹ ਕੈਨੇਡਾ ਦੇ ਮੈਨੂੰ ਤਾਂ ਘਰ ਘਰ ਵਿੱਚ ਹੋਣਾ ਅਮੈਰੀਕਾ ਘਰ ਵਿੱਚ ਹੋਣਾ ਅੱਛਾ ਸੋ ਮੈਨੂੰ ਸਗਾ ਕਿ ਪਹਿਲੀ ਜਿਹੜੀ ਫਿਲਮ ਆ ਮੈਨੂੰ ਇਹ ਨਹੀਂ ਸੀ ਆਪਣੇ ਆਪਣੇ ਬੂਸਟ ਕਰਨਾ ਮੈਂ ਸਿਨੇਮੇ 'ਚ ਰਿਲੀਜ਼ ਕਰਤੀ ਆ ਮੈਨੂੰ ਆ ਕਿ ਮੇਰਾ ਜਿਹੜਾ ਮੈਸੇਜ ਆ ਉਹ ਪਹੁੰਚਾਉਣਾ ਜ਼ਰੂਰੀ ਆ ਨਾ ਕਿ ਇਹ ਜ਼ਰੂਰੀ ਆ ਕਿ ਮੈਂ ਸਿਨੇਮੇ 'ਚ ਲਾ ਕੇ ਮਤਲਬ ਆਪਣੇ ਬੂਸਟ ਕਰਾਂ ਸਾਡੀ ਸਿਨੇਮੇ 'ਚ ਫਿਲਮ ਆਈ ਆ ਮੇਰਾ ਮਕਸਦ ਹੈਗਾ ਕਿ ਆਈ ਥਿੰਕ ਚੌਪਾਲ ਦੇ ਰਾਹੀਂ ਮੇਰੀ ਫਿਲਮ ਜ਼ਿਆਦਾ ਉਹ ਕਰੂਗੀ ਤਾਂ ਕਰਕੇ ਅਸੀਂ ਓ ਟੀ ਟੀ ਚੁਣਿਆ ਪਹਿਲੀ ਚੀਜ਼ ਕੀ ਇਹ ਮੈਸੇਜ ਹੈ ਇਹ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਅੱਜ ਕੱਲ ਸਿਨੇਮਾ ਚ ਨਾ ਲੋਕੀ ਜ਼ਿਆਦਾ ਪ੍ਰੈਫਰ ਨਹੀਂ ਕਰਦੇ ਹਰ ਕੋਈ ਆਪਣੇ ਕੰਮਾਂ ਚ ਦੌੜਿਆ ਹੋਇਆ ਐਂਡ ਸਪੈਸ਼ਲੀ ਓਵਰਸੀਜ਼ ਤਾਂ ਲੋਕਾਂ ਕੋਲ ਟਾਈਮ ਹੈ ਹੀ ਨਹੀਂ ਤੇ ਓ ਟੀ ਟੀ ਇਸ ਕਰਕੇ ਕਿ ਕੋਵਿਡ ਤੋਂ ਬਾਅਦ ਇੱਕ ਤਾਂ ਘਰ ਸਾਰਿਆਂ ਨੂੰ ਆਦਤ ਪੈ ਗਈ ਆਰਾਮ ਨਾਲ ਘਰ ਦੇਖੋ ਇਸ ਕਰਕੇ ਤਾਂ ਕਿ ਮੈਸੇਜ ਪਹੁੰਚਣਾ ਸਾਰਿਆਂ ਨੂੰ ਬਹੁਤ ਜ਼ਰੂਰੀ ਹੈ ਅਸੀਂ ਓ ਟੀ ਟੀ 'ਤੇ ਕਰਾਂਗੇ ਤਾਂ ਕਿ ਕੋਈ ਵੀ ਦੇਖ ਸਕੇ ਟਿਕਟ ਜਿਹੜਾ ਟਿਕਟ ਨਹੀਂ ਵੀ ਖਰਚਣਾ ਚਾਹੁੰਦਾ ਉਹ ਵੀ ਘਰ ਬਹਿ ਕੇ ਦੇਖੇਗਾ ਕਿਉਂਕਿ ਮੈਸੇਜ ਪਹੁੰਚਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਹਿਲਾਂ ਐਂਟਰਟੇਨਮੈਂਟ ਲਈ ਲੋਕ ਉੱਠ ਕੇ ਜਾਂਦੇ ਸੀ ਕਿਉਂਕਿ ਆਪਸ਼ਨ ਨਹੀਂ ਸੀਗੀ ਥੀਏਟਰ ਜਾਂਦੇ ਸੀ ਹੁਣ ਤਾਂ ਆਪਸ਼ਨਸ ਆ ਦੇਅਰ ਆਰ ਵੇਰੀਅਸ ਆਪਸ਼ਨ ਵੇਰੀਅਸ ਓ ਟੀ ਟੀਜ਼ ਦੀ ਮੂਵੀਜ਼ ਬਣਨੀਆਂ ਚਾਹੀਦੀਆਂ ਜੀ ਹਨਾ ਇਹਦੇ ਨਾਲ ਇੱਦਾਂ ਵੀ ਐਕਟਰਸ ਬਹੁਤ ਬੂਸਟ ਹੁੰਦੇ ਆ ਹਨਾ ਸੋ ਸਿਨੇਮਾ ਦੇ ਵਿੱਚ ਮੈਨੂੰ ਲੱਗਦਾ ਕਿ ਸਮਥਿੰਗ ਤੁਹਾਨੂੰ ਸੈਲੀਬ੍ਰਿਟੀ ਪੁੱਲ ਬਹੁਤ ਵੱਡਾ ਚਾਹੀਦਾ ਤੁਹਾਨੂੰ ਹਨਾ ਉੱਥੇ ਤੱਕ ਲੈ ਕੇ ਜਾਣ ਲਈ ਸੋ ਜਿੱਦਾਂ ਭਾਅ ਜੀ ਨੇ ਕਿਹਾ ਕਿ ਕੰਸੈਪਟ ਬਹੁਤ ਸੋਹਣਾ ਸੀਗਾ ਕਿ ਇਹ ਪਹੁੰਚਣਾ ਵੀ ਚਾਹੀਦਾ ਐਂਡ ਕਿਤੇ ਨਾ ਕਿਤੇ ਇਹਦੇ ਪ੍ਰੋਫੈਸ਼ਨਲ ਵੀ ਇਹ ਸਾਡੀ ਇਹਦੇ ਪਿੱਛੇ ਸੋਚ ਸੀ ਕਿ ਜਦੋਂ ਓ ਟੀ ਟੀ ਗਰੋ ਕਰੂਗਾ ਹੁਣ ਜਿੱਦਾਂ ਅਸੀਂ ਭਾਅ ਜੀ ਉਹਨਾਂ ਨੇ ਚੌਪਾਲ ਨੂੰ ਦਿਖਾਈ ਅਤੇ ਔਰ ਵੈਰੀ ਐਕਸਾਈਟਡ ਵੀ ਤੁਸੀਂ ਇੰਨੀ ਸਹੀ ਚੀਜ਼ ਬਣਾਈ ਹੈ ਸੋ ਇਹਦੇ ਨਾਲ ਐਕਟਰਸ ਨੂੰ ਕੰਮ ਜ਼ਿਆਦਾ ਮਿਲੂਗਾ ਜੀ ਜਿੱਦਾਂ ਓ ਟੀ ਟੀ ਗਰੋ ਹੋਊਗਾ ਹਨਾ ਐਕਟਰਸ ਨੂੰ ਫਿਰ ਉਹ ਜ਼ਿਆਦਾ ਮਤਲਬ ਕਿ ਉਹਨੂੰ ਕੰਮ ਬਿਲਕੁਲ ਸੋ ਜਿੱਦਾਂ ਤੁਹਾਡੇ ਤੋਂ ਇੱਕ ਗੱਲ ਇਹ ਵੀ ਪੁੱਛਣਾ ਚਾਹੂੰਗਾ ਜਦੋਂ ਤੁਸੀਂ ਇੰਨੀ ਹਿੱਟ ਵੈਬ ਸੀਰੀਜ਼ ਕਰ ਲਈ ਸਾਰਿਆਂ ਨੂੰ ਇਕੱਲੇ ਇਕੱਲੇ ਕਰੈਕਟਰਸ ਦਾ ਪਤਾ ਲੱਗ ਗਿਆ ਹਨਾ ਫਿਰ ਬਾਅਦ 'ਚ ਦੂਸਰਾ ਸੀਜ਼ਨ ਆਇਆ ਹੁਣ ਤੀਸਰੇ ਸੀਜ਼ਨ ਦਾ ਗੈਪ ਬਹੁਤ ਜ਼ਿਆਦਾ ਪੈ ਗਿਆ ਹਨਾ ਉਹਦੇ ਵੀ ਸਾਨੂੰ ਉਹਦੇ ਬਾਰੇ ਵੀ ਤੁਹਾਨੂੰ ਪੁੱਛੂੰਗਾ ਬਟ ਜਦੋਂ ਇੱਕ ਕੰਸਿਸਟੈਂਸੀ ਹੁੰਦੀ ਨਾ ਭਾਈ ਜਿਵੇਂ ਕਿ ਆਪਾਂ ਗਾਣੇ ਕਰਦੇ ਰਹਿੰਦੇ ਫਿਲਮਾਂ ਕਰਦੇ ਰਹਿੰਦੇ ਲੋਕਾਂ 'ਚ ਬਣੇ ਰਹਿੰਦੇ ਅੱਜ ਕੱਲ੍ਹ ਕੰਪੀਟੀਸ਼ਨ ਬਹੁਤ ਆ ਅੱਜ ਤੁਸੀਂ ਉੱਤਰ ਕੇ ਕੱਲ੍ਹ ਕੋਈ ਹੋਰ ਤੁਹਾਡੀ ਜਗ੍ਹਾ ਲੈਣ ਬੈਠਾ ਇੱਥੇ ਘੱਟੋ ਘੱਟ ਕਹਿ ਲਓ ਵੀ ਉਹ ਕੰਪੀਟੀਸ਼ਨ ਆ ਬਟ ਤੁਹਾਨੂੰ ਇਹ ਮਹਿਸੂਸ ਨਹੀਂ ਹੁੰਦਾ ਮੈਨੂੰ ਲਗਾਤਾਰ ਕੰਮ ਕਰਦੇ ਰਹਿਣਾ ਚਾਹੀਦਾ ਮੇਰੇ ਨਾ ਜੀ ਥੋੜ੍ਹੀ ਜਿਹੀ ਮੈਨੂੰ ਮੇਰਾ ਜ਼ਰੂਰ ਕੰਮ ਤਾਂ ਹਮੇਸ਼ਾ ਵਾਹਿਗੁਰੂ ਵੀ ਚੱਲਦਾ ਹੀ ਰਹੇ ਪਰ ਮੇਰਾ ਮੇਰਾ ਮੇਨ ਫੋਕਸ ਹੁੰਦਾ ਜੀ ਕੁਆਲਿਟੀ ਹੋਵੇ ਕੁਆਲਿਟੀ ਓਵਰ ਕੁਆਂਟਿਟੀ ਸੋ ਆਈ ਵਾਂਟ ਕਿ ਕੁਆਲਿਟੀ ਵਰਕ ਦਈਏ ਜੀ ਹਨਾ ਜਿੱਦਾਂ ਦਈਏ ਅਤੇ ਜਿੰਨਾ ਕੁ ਬੈਟਰ ਕੰਮ ਕਰ ਸਕੀਏ ਜਿੱਦਾਂ ਮੈਨੂੰ ਆਏ ਸੀਗੇ ਪ੍ਰੋਜੈਕਟ ਸੀ ਜੀ ਮੈਂ ਦੋ ਤਿੰਨ ਨਹੀਂ ਕੀਤੇ ਬਿਕੋਜ਼ ਆਫ ਕਰੈਕਟਰ ਨਹੀਂ ਸੀ ਵਧੀਆ ਜਾਂ ਉਹਨਾਂ ਦੀ
ਲਾ ਲਓ ਤੁਸੀਂ ਉਹਨਾਂ ਦਾ ਵਿਊ ਪੁਆਇੰਟ ਨਹੀਂ ਸੀ ਸਹੀ, ਮੈਨੂੰ ਨਹੀਂ ਜਚਿਆ। ਸੋ ਜਿੱਦਾਂ ਭਿੰਦਾ ਭਾਈ ਨੇ ਮੈਨੂੰ ਸੁਣਾਈ, ਸੋ ਅਸੀਂ ਮਤਲਬ ਪਹਿਲੀ ਮੀਟਿੰਗ 'ਚ ਡਨ ਹੋ ਗਿਆ ਸੀ ਸਾਡਾ ਕੰਮ। ਬਟ ਉਹੀ ਗੱਲ ਹੈ ਜੀ, ਜਿੱਦਾਂ ਜੇ ਉਹ ਕੰਸੈਪਟ ਵਧੀਆ ਆਉਣ ਜੀ ਤਾਂ ਮੈਂ ਜ਼ਰੂਰ ਜ਼ਿਆਦਾ ਕੰਮ ਕਰਾਂ। ਬਟ ਜੇ ਮੈਨੂੰ ਇੱਦਾਂ ਹੁੰਦਾ ਕਿ ਆਪਾਂ ਮਾੜਾ ਕੰਮ ਨਾ ਕਰੀਏ, ਆਡੀਅੰਸ ਨੂੰ ਮਤਲਬ ਕਿ ਆਪਾਂ ਧੋਖਾ ਨਾ ਦਈਏ ਵੀ ਯਾਰ ਤੁਸੀਂ ਜੇ ਤੁਸੀਂ ਮੈਨੂੰ ਪੁਰਾਣੇ ਪ੍ਰੋਜੈਕਟ ਨੂੰ ਪਿਆਰ ਕੀਤਾ ਤਾਂ ਤੁਸੀਂ ਮੇਰੇ ਅਗਲੇ ਨੂੰ ਵੀ ਕਰੋ। ਬਟ ਨਹੀਂ, ਮੈਨੂੰ ਇੱਦਾਂ ਹੁੰਦਾ ਕਿ ਆਪਾਂ ਵਧੀਆ ਮਿਹਨਤ ਕਰੀਏ ਜੀ, ਹੈ ਨਾ, ਵਧੀਆ ਕੰਸੈਪਟ ਬਣਾਈਏ। ਚੱਲਣਾ ਨਾ ਚੱਲਣਾ ਉੱਪਰ ਵਾਲੇ ਦੇ ਹੱਥ 'ਚ ਜੀ, ਪਰ ਆਪਣੀ ਮਿਹਨਤ ਇਹ ਹੈ ਕਿ ਆਪਾਂ ਇੱਕ ਵਧੀਆ ਚੀਜ਼ ਬਣਾ ਸਕੀਏ। ਸੋ ਉਹ ਚੀਜ਼ ਮੈਨੂੰ ਲੱਗਦਾ ਡਿਸੀਜ਼ਨ ਤੋਂ ਹੀ ਸ਼ੁਰੂ ਹੁੰਦੀ ਹੈ। ਜੇ ਤੁਸੀਂ ਡਿਸੀਜ਼ਨ ਲੈ ਲਿਆ, ਇੱਦਾਂ ਤਾਂ ਹੈ ਨਹੀਂ ਵੀ ਜੇ ਤੁਸੀਂ ਮੂਵੀ ਕਰ ਲਈ ਬਾਅਦ 'ਚ ਛੱਡ ਦਿਓ, ਨਹੀਂ, ਹੈ ਨਾ, ਜੇ ਇੱਕ ਵਾਰੀ ਕਰ ਲਈ ਤਾਂ ਤੁਸੀਂ 100% ਦਿਓ। ਸੋ ਮੇਰਾ ਇੱਦਾਂ ਹੀ ਹੁੰਦਾ ਵੀ ਆਪਾਂ ਸੋਚ ਕੇ ਚੱਲੀਏ ਜੀ। ਹਾਂ, ਗੈਪ ਥੋੜ੍ਹਾ ਜ਼ਿਆਦਾ ਕਈ ਵਾਰੀ ਪੈ ਜਾਂਦਾ ਜੀ, ਯਾ ਸੋ ਤਾਂ ਕਰਕੇ। ਬਟ ਨਹੀਂ, ਹੁਣ ਇੱਦਾਂ ਹੁੰਦਾ ਵਧੀਆ ਕੰਸੈਪਟ ਬਣਨ ਜੀ ਦਾ ਆਪਾਂ 101%, ਮੈਂ ਕਹਿੰਦਾ ਹਰੇਕ 2 ਮਹੀਨੇ ਬਾਅਦ ਪ੍ਰੋਜੈਕਟ ਆਊਗਾ। ਐਗਜੈਕਟਲੀ, ਐਨਾਲਿਸਿਸ ਕਰਕੇ ਪੂਰਾ ਉੱਤੇ ਹੀ ਦੇਖਦੇ। ਸੋ ਸੀਜ਼ਨ 3 ਕਰਦਾ ਰਿਹਾ, ਸੀਜ਼ਨ 3 ਮੈਨੂੰ ਭਾਜੀ ਕੋਈ ਸੱਸੀ ਕਾਲੀਆਂ ਹਾਏ ਨਹੀਂ ਕਹਿੰਦਾ ਸੀਜ਼ਨ 3 ਕਦੋਂ ਆ ਰਿਹਾ। ਮੈਂ ਪਹਿਲਾਂ ਕਹਿ ਚੁੱਕਾ ਸਾਰਾ, ਮੈਂ ਵੈਲਕਮ ਕਰ ਦਿੱਤਾ। ਸੋ ਸੀਜ਼ਨ 3 ਹੈਗਾ ਜੀ ਵੈਰੀ ਵੈਰੀ ਸੂਨ। ਸੋ ਸਾਡੀ ਮੇਰੀ ਟੀਮ ਨਾਲ ਗੱਲ ਹੋਈ ਹੈ ਜੀ, ਮੈਂ ਲਾਸਟ ਵੀਕ ਉਹਨਾਂ ਨੂੰ ਮਿਲਿਆ। ਸੋ ਵੈਰੀ ਸੂਨ, ਬਹੁਤ ਜਲਦੀ ਸੀਜ਼ਨ 3 ਤੁਹਾਨੂੰ ਦੇਖੋ। ਮੈਂ ਜੈਸਮੀਨ ਬਾਜਵਾ ਨੂੰ ਪੁੱਛਿਆ ਸੀ ਮੈਂ ਕਦੋਂ ਆਏਗਾ, 2 ਵਾਰੀ ਪੁੱਛ ਚੁੱਕਾ, ਕਹਿੰਦੇ ਕਦੇ ਟੀਮ ਕੋਈ ਬਾਹਰ ਚੱਲ ਜਾਂਦਾ, ਕੋਈ ਕਿਤੇ ਚੱਲ ਜਾਂਦਾ, ਸਾਰਿਆਂ ਨੂੰ ਇਕੱਠਾ ਕਰਨਾ ਕਿਉਂਕਿ ਉਹੀ ਕਿਰਦਾਰ ਜ਼ਰੂਰੀ ਨਾ, ਬਾਹਰ ਮਤਲਬ ਬਾਹਰ ਮਤਲਬ ਤੁਸੀਂ ਗਏ ਸੀ। ਮੈਂ ਦਿਓਲ ਅਤੇ ਸੰਧਾ ਵਾਲੀ ਆ, ਸਾਡੇ ਤਾਂ ਵੈਸੇ ਬਹਾਨਾ ਹੀ ਆ ਉਹਨਾਂ ਕੋਲ ਵੀ ਇਹ ਬੰਦੇ ਬਾਹਰ ਗਏ, ਪਰ ਨਹੀਂ, ਹੁਣ ਸਾਡੀ ਇੱਕ ਪ੍ਰੋਫੈਸ਼ਨਲ ਮੀਟਿੰਗ ਹੋ ਚੁੱਕੀ ਹੈ ਜੀ। ਸੋ ਵੈਰੀ ਸੂਨ, ਸੀਜ਼ਨ 3 ਇਜ਼ ਵੈਰੀ ਸੂਨ। ਨਾਲੇ ਸ਼ੂਟ ਵਗੈਰਾ ਸਾਰਾ ਕੁਝ ਹੋਣਾ? ਹਾਂਜੀ, ਸ਼ੂਟਿੰਗ ਦਾ ਤੁਹਾਨੂੰ ਪਤਾ ਲੱਗ ਜੂਗਾ ਜੀ, ਬਟ ਹਾਂ, ਗੱਲਾਂ ਸਾਡੀਆਂ ਚੱਲ ਪਈਆਂ, ਸੀਜ਼ਨ 3 ਵੈਰੀ ਸੂਨ ਆਊਗਾ ਜੀ। ਸੋ ਬਿੰਦਾ ਭਾਜੀ, ਇੰਨੇ ਸਾਲ ਮਤਲਬ ਤੁਹਾਨੂੰ ਕੰਮ ਕਰਦੇ ਨੂੰ ਹੋਈ, ਇੰਨੇ ਸਾਰੇ ਛੋਟੇ ਸੀ ਜੋ ਤੋਂ ਅਸੀਂ ਤੁਹਾਨੂੰ ਸੁਣਦੇ, ਤੁਹਾਡੇ ਗਾਣੇ ਸੁਣਦੇ ਹਾਂ, ਫਿਰ ਜਦੋਂ ਇੱਕ ਆਰਟਿਸਟ ਬਾਹਰ ਹੋਵੇ, ਹੈ ਨਾ, ਕਿਉਂਕਿ ਬਹੁਤ ਸਾਰੇ ਸਿੰਗਰ ਜਿਹੜੇ ਬਾਹਰ ਹੀ ਆ, ਬਾਹਰੋਂ ਹੀ ਓਪਰੇਟ ਕਰਦੇ ਆਪਣਾ ਸਾਰਾ ਕੰਮ ਜਿਹੜਾ ਆ, ਆਪਣੀ ਕਲਾ ਜਿਹੜੀ ਆ ਸਾਰੀ ਬਾਹਰੋਂ ਕਰਦੇ ਨੇ, ਪਰ ਇੱਥੋਂ ਜਦੋਂ ਜਾਂਦੇ ਨੇ ਉਹਨਾਂ ਨੂੰ ਪਹਿਲਾਂ ਮੈਨੂੰ ਲੱਗਦਾ ਉੱਥੇ ਜਾ ਕੇ ਉਹ ਲੋਕਲ ਕੰਮ ਵੀ ਕਰਨੇ ਪੈਂਦੇ ਹੋਣੇ। ਹਾਂਜੀ, ਉਹਨਾਂ 'ਚੋਂ ਆਪਣੇ ਵੇਜਿਸ ਜਾਂ ਪੈਸੇ ਕੱਢ ਕੇ ਉਹ ਕੰਮ ਕਰਦੇ ਨੇ, ਇੱਦਾਂ ਹੁੰਦਾ? ਸਰ, ਮੈਂ ਸਟਾਰਟ ਹੀ ਉੱਥੋਂ ਕੀਤਾ ਜੀ। ਮੈਂ ਇੱਥੋਂ ਗਿਆਸਗਾ, ਮੇਰੀ ਪਹਿਲੀ ਜੋਬ ਕੰਸਟਰਕਸ਼ਨ ਦੀ ਸੀ, ਮੈਂ ਕੰਸਟਰਕਸ਼ਨ 'ਚ ਕੰਮ ਕਰਦਾ ਹੁੰਦਾ ਸੀ, ਉੱਪਰੋਂ ਲੈ ਕੇ ਪੈਰਾਂ ਤੱਕ ਗਾਰੇ ਨਾਲ ਲਿਬੜੇ ਰਹਿੰਦੇ ਸੀਗੇ, ਕਿਉਂਕਿ ਉਦੋਂ ਆਪਣੇ ਆਪ ਨੂੰ ਜੋ ਪ੍ਰੂਫ ਕਰਨਾ ਤੁਸੀਂ ਉਹ ਸਟਾਰਟਿੰਗ ਆ। ਲੇਕਿਨ ਕਈ ਵਾਰੀ ਇਹ ਹੁੰਦਾ ਕਿ ਲਾਈਕ ਸਾਡੇ ਗਾਣੇ ਚੱਲ ਜਾਂਦੇ ਨੇ, ਜਾਂ ਕੋਈ ਗਾਣੇ ਅਸੀਂ ਕਿਸੇ ਕੰਪਨੀ ਨੂੰ ਦੇ ਦਿੰਦੇ ਹਾਂ ਆਪਣਾ ਕਰਕੇ, ਗਾਣਾ ਸਾਡਾ ਪ੍ਰਮੋਟ ਹੋ ਜੇ, ਉਹਦੇ ਵਿੱਚੋਂ ਸਾਨੂੰ ਕੁਛ ਨਹੀਂ ਮਿਲਦਾ। ਆਰਟਿਸਟ ਨੇ ਇਹ ਹੁੰਦਾ ਕਿ ਯਾਰ ਮੈਂ ਜਿਹੜੇ ਜਿਹਨੂੰ ਕੰਮ ਦੀ ਭੁੱਖ ਹੁੰਦੀ ਨਾ, ਉਹ ਸ਼ਤਾਨ ਨਹੀਂ ਹੁੰਦੇ ਵਿਚਾਰੇ, ਇਮੋਸ਼ਨਲ ਹੁੰਦੇ ਨੇ। ਚੰਗੇ ਆਰਟਿਸਟ ਜਿਹੜੇ ਰੀਅਲ ਆਰਟਿਸਟ ਨੇ, ਉਹਨਾਂ ਨੇ ਸਟਰਗਲ ਕਰਕੇ ਜਿਹੜੇ ਆਏ ਹੁੰਦੇ ਨੇ, ਐਕਟਰ ਜਿਹਨਾਂ ਦੀ ਮੈਂ ਗੱਲ ਕਰਦਾ, ਹੈ ਨਾ, ਐਕਟਿੰਗ ਕਰਦੇ ਨੇ, ਉਹਨਾਂ ਨੂੰ ਉਹ ਇਮੋਸ਼ਨਲ ਹੁੰਦੇ ਨੇ। ਉਹ ਵਿਚਾਰੇ ਪੈਸਾ ਤਾਂ ਪੁੱਛਦੇ ਹੀ ਨਹੀਂ, ਉਹਨਾਂ ਨੇ ਕਹਿਣਾ ਕਿ ਅੱਛਾ ਜੀ, ਉਹਨੂੰ ਕਦੇ ਬਾਰਗਨਿੰਗ ਹੁੰਦੀ ਨਹੀਂ, ਉਹਨਾਂ ਹੁੰਦਾ ਕਿ ਯਾਰ ਮੈਂ ਚੰਗਾ ਕੰਮ ਕਰਨਾ, ਪੈਸ਼ਨ ਹੈ, ਉਹ ਕੰਮ ਹਿੱਟ ਹੋ ਜਾਂਦੇ ਨੇ। ਪਰ ਜਿਹੜੀ ਬਾਹਰਲੇ ਖਰਚੇ ਬਹੁਤ ਜ਼ਿਆਦਾ ਨੇ ਬ੍ਰਦਰ, ਅਗਰ ਸਰੀ ਦੀ ਗੱਲ ਕਰਾਂ, ਸਰੀ ਇਜ਼ ਵੈਰੀ ਐਕਸਪੈਂਸਿਵ। ਹੁਣ ਇੱਕ ਬੇਸਮੈਂਟ ਦੀ ਅਗਰ ਗੱਲ ਕਰੀਏ, $1500 ਦੀ ਇੱਕ ਬੇਸਮੈਂਟ ਆ, 2 ਬੈਡਰੂਮ ਜਾਂ 1 ਬੈਡਰੂਮ ਦੀ। ਇੱਕ ਇਨਸਾਨ ਨੂੰ ਜੀਣ ਵਾਸਤੇ ਮਿਨੀਮਮ $3000 ਚਾਹੀਦਾ। ਹੁਣ ਉਹ $3000 ਐਵਰੀ ਮੰਥ ਕਿੱਦਾਂ ਕਰਕੇ, ਕੋਈ ਗਾਣੇ ਤੋਂ ਉਹਨੇ ਜਾਂ ਫਿਲਮਾਂ ਐਕਟਿੰਗ ਤੋਂ ਉਹਨੇ ਇਮੋਸ਼ਨਲ 'ਚ ਵੇਚ ਦਿੱਤੀਆਂ ਕਿ ਸਰ ਮੈਂ ਕੰਮ ਕਰਨਾ ਚਾਹਤਾ ਹੂੰ ਦਿਲ ਸੇ, ਹੈ ਨਾ। ਸੋ ਇੱਕ ਬਾਰਡਰ ਲਾਈਨ ਆ, ਜਦੋਂ ਬਾਰਡਰ ਲਾਈਨ ਕ੍ਰੋਸ ਹੋ ਜਾਂਦੀ ਆ ਆਰਟਿਸਟ ਦੀ ਜਾਂ ਸਿੰਗਰ ਦੀ, ਉਹ ਤੋਂ ਬਾਅਦ ਲਾਈਫ ਈਜ਼ੀ ਹੋ ਜਾਂਦੀ ਆ, ਫਿਰ ਉਹ ਸਾਰੇ ਵਾਪਸ ਆ ਜਾਂਦੇ ਨੇ। ਲੇਕਿਨ ਜਦੋਂ ਤੱਕ ਉਸ ਬਾਰਡਰ ਲਾਈਨ 'ਤੇ ਹੋ, 100% ਕੰਮ ਕਰਨਾ ਪੈਂਦਾ। ਹੁਣ ਮੈਨੂੰ ਵੀ ਕਰਨਾ ਪੈਂਦਾ, ਮੈਂ ਹੁਣ ਤੱਕ ਵੀ ਕਰਦਾ ਹੋਇਆ ਬ੍ਰੋ, ਅੱਛਾ, ਮੈਂ ਕਰਦਾ। ਸੋ ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ। ਹਾਂ, ਹੱਥ ਫਲਾਉਣੇ ਕਿਸੇ ਅੱਗੇ ਜਦੋਂ ਤੱਕ ਤੁਸੀਂ ਹੈਲਦੀ ਹੋ, ਦੈਟਸ ਰੋਂਗ। ਆਪਣਾ ਕਰਮ, ਆਪਣੀ ਕਿਰਤ ਕਰਨੀ, ਇਟਸ ਨੋਟ ਅ ਪ੍ਰੋਬਲਮ। ਨਾਲ ਕੈਨੇਡਾ ਦਾ ਕਲਚਰ ਹੀ ਹੈ ਜੀ ਕੰਮ ਕਰਨਾ। ਸੋ ਤੁਸੀਂ ਕੰਮ ਕਰੋ, ਆਪਣਾ ਕਮਾਓ ਖਾਓ। ਐਗਜ਼ੈਕਟਲੀ, ਐਗਜ਼ੈਕਟਲੀ। ਸੋ ਜਦੋਂ ਮਤਲਬ ਉੱਥੇ ਹੁੰਦਾ ਨਾ ਕਿ
ਆਪਾਂ ਜਦੋਂ ਗਾਣੇ ਕਰਦੇ ਪੰਜਾਬੀ ਇੱਥੋਂ ਜਾਂਦੇ ਨੇ, ਪੰਜਾਬ ਦੇ ਲੋਕ ਜਾਣਨ ਲੱਗ ਪੈਂਦੇ ਨੇ ਪੰਜਾਬੀ, ਜਾਂ ਉੱਥੋਂ ਦੇ ਪੰਜਾਬੀ ਜਾਣ ਲੱਗ ਪੈਂਦੇ ਨੇ। ਗੋਰੇ ਨਹੀਂ, ਜਿਹੜੇ ਉੱਥੇ ਦੇ ਲੋਕਲਸ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ, ਬਟ ਹੁਣ ਪੰਜਾਬੀ ਮਿਊਜ਼ਿਕ ਦਾ ਲੈਵਲ ਇੰਨਾ ਹੋ ਗਿਆ ਆ ਕਿ ਮਤਲਬ ਤੁਹਾਨੂੰ ਗੋਰੇ ਵੀ ਪਛਾਣਦੇ ਨੇ। ਹਾਂਜੀ, ਹੈ ਨਾ, ਕਿ ਹਾਂ ਵੀ ਗਾਣਾ ਦੇਖਿਆ। ਹਾਂਜੀ, ਮੈਨੂੰ ਜਾਂ ਪੰਜਾਬੀ ਪੰਜਾਬੀ ਮੈਨੂੰ ਪਛਾਣਦੇ ਨੇ ਗੋਰੇ, ਜਿਹੜੇ ਮੇਰੇ ਫਰੈਂਡ ਆ ਉਹਨਾਂ ਮੈਂ ਕਮਲੇ ਕਰਦਾ ਸੁਣੋ ਪੰਜਾਬੀ ਗਾਣੇ ਬਿੰਦਾ ਨੈਕਸਟ ਸੌਂਗ ਹੈ ਨਾ, ਮਤਲਬ ਕਿ ਉਹ ਪੰਜਾਬੀ ਮਿਊਜ਼ਿਕ ਨੂੰ ਪਸੰਦ ਕਰਦੇ। ਪਰ ਹੁਣ ਤੇ ਦਿਲਜੀਤ ਭਾਜੀ ਦੇਖੋ, ਹੁਣ ਤੇ ਪੰਜਾਬੀ ਮਿਊਜ਼ਿਕ ਹੈ ਨਾ, ਸਿੱਧੂ ਦੇਖੋ ਯਾਰ, ਯਾਰ ਮੈਨੂੰ ਉਹਨਾਂ ਦੀ ਰਿਸਪੈਕਟ ਇਸ ਕਰਕੇ ਮੈਂ ਜ਼ਿਆਦਾ ਕਿ ਅਸੀਂ ਹਾਂ, ਅਸੀਂ ਚਲੋ ਬਾਲ ਘਟਾਏ ਆ ਨਾ, ਉਹਨਾਂ ਨੇ ਇੱਕ ਟਰਬਨ ਦੇ ਨਾਲ ਪੰਜਾਬ ਨੂੰ ਲੈ ਕੇ ਗਏ। ਉਹ ਦੇਖਦੇ ਕਿ ਯਾਰ ਉਹ ਉਹਨਾਂ ਲੈ ਕੇ ਜਾਣਾ ਹੈ ਨਾ, ਨਹੀਂ ਮੋਸਟਲੀ ਬੰਦਾ ਬੜਾ ਹੈਕਟ ਹੁੰਦਾ, ਬੰਦਾ ਕਹਿੰਦਾ ਯਾਰ ਕੇਸ ਕਟਾਓ ਕਟਾ ਦਿਓ, ਅਸੀਂ ਕੱਟੇ ਨੇ। ਸਿੱਧੂ ਲਾ ਲਓ, ਦਲਜੀਤ ਲਾ ਲਓ, ਉਹਨਾਂ ਨੇ ਦੇਖੋ ਹਰੇਕ ਬੰਦੇ ਨੂੰ ਪਤਾ ਆ, ਗੋਰੇ ਕਾਲੇ ਉਹਨਾਂ ਦੇ ਗਾਣੇ 'ਤੇ ਨੱਚਦੇ ਨੇ ਯਾਰ, ਆਪਣੇ ਲਈ ਪ੍ਰਾਊਡ ਵਾਲੀ ਗੱਲ ਆ ਪੰਜਾਬ ਲਈ, ਪ੍ਰਾਊਡ ਵਾਲੀ ਗੱਲ ਆ। ਪਹਿਲੇ ਪੰਜਾਬ ਦਾ ਮਿਊਜ਼ਿਕ ਸਮਝਦੇ ਭੋਜਪੁਰੀ ਵਾਲਾ, ਇੱਦੀ ਸਮਝਦੇ ਸੀ ਬੋਂਬੇ। ਅਗਰ ਹੁਣ ਉਹਨੇ ਕਹਿਣਾ ਯਾਰ, ਹੁਣ ਮੈਂ ਬੋਂਬੇ ਜਾਂਦਾ ਹੁੰਦਾ ਸੀਗਾ, ਉਹਨਾਂ ਨੇ ਕਈ ਵਾਰ ਕਹਿਣਾ ਕਿ ਕਹਾਂਗਾ ਪੰਜਾਬ ਸੇ, ਬਿਠਾਓ ਯਾਰ ਮਿਲਤੇ ਹੈ, ਮਿਲਤੇ ਹੈ ਨਾ, ਮੇਰਾ ਇੰਟਰਵਿਊ ਪਤੱਤੀਆਂ ਹੋਣ ਲੱਗ ਪੈਂਦੀਆਂ ਨਾ, ਮੈਂ ਤਾਂ ਨਹੀਂ ਗੱਲ ਕਰਦਾ ਹੈ ਨਾ। ਸੋ ਉਹਨਾਂ ਕਹਿਣਾ ਅਰੇ ਬਿਠਾਓ ਯਾਰ, ਹਾਂ ਬਤਾਏ ਬਤਾਈਏ ਸਰ, ਕਿਆ ਸਰ ਇਹ ਗਾਣਾ ਹੈ, ਅਰੇ ਯਾਰ ਇਸਮੇ ਕੁਛ ਨਹੀਂ ਹੈ ਭਾਈ, ਕੁਛ ਔਰ ਕਿੱਥੋਂ ਔਰ ਕੱਢ ਦੀ, ਸਾਰਾ ਕਰ ਕੱਢ ਕੇ ਦਿਖਾਤਾ ਹੈ ਨਾ। ਹੁਣ ਉਹ ਪੁੱਛਦੇ ਨੇ, ਹੁਣ ਵਕਤ ਕਿਸੇ ਪੰਜਾਬੀ ਗਾਣਾ ਦੀਜੀਏ, ਆਈ ਥਿੰਕ ਜਿਹੜੀ ਪੰਜਾਬੀ ਗਾਣੇ ਬਿਨਾ ਨਾ ਹੁੰਦੀ ਤੇ ਹੁੰਦਾ ਹੀ ਨਹੀਂ ਹੈ ਨਾ। देयर इज ਆਲਵੇਸ ਵਨ ਪੰਜਾਬੀ ਸੌਂਗ ਇਨ ਅ ਮੂਵੀ। ਕਮੇਡੀ ਵਿੱਚ ਸਾਡੇ ਪੰਜਾਬ ਦੇ ਬੈਠੇ ਨੇ ਕਪਿਲ ਭਾਜੀ, ਭਾਰਤੀ ਸੁਦੇਸ਼ ਭਾਜੀ, ਐਕਟਰ ਆਪਣੇ ਪੰਜਾਬ ਦੇ ਬੈਠੇ ਨੇ ਵਿੱਕੀ ਭਾਜੀ ਤੋਂ ਪਹਿਲਿਆਂ ਵਿੱਚੋਂ ਵੀ ਆਏ ਨਾ। ਸਾਡੇ ਪੰਜਾਬ ਦੀ ਧਰਤੀ ਨੂੰ ਬਖਸ਼ਿਆ ਇੱਥੋਂ ਇੰਨਾ ਕੁ ਟੈਲੈਂਟ ਆ, ਮੋਸਟਲੀ ਜਿਹੜੀ ਧਰਤੀ ਤੋਂ ਸੁਰਭੀ ਆ ਅੰਮ੍ਰਿਤਸਰ ਦੀ ਧਰਤੀ, ਟੈਲੈਂਟ ਵਾਲੀ ਭਰੀ ਹੈ ਨਾ, ਕਿੰਨੇ ਪੁਰਾਣੇ ਆਪਣੇ ਲੱਗਦਾ ਹੈ ਨਾ। ਸੋ ਦੈਟਸ ਦਾ ਥਿੰਗ ਬ੍ਰਦਰ, ਮਤਲਬ ਕਿ ਵਕਤ ਇੰਨਾ ਬਲਵਾਨ ਆ ਕਿ ਹੁਣ ਉਹ ਆਉਂਦੇ ਨੇ, ਸਾਨੂੰ ਨਹੀਂ ਜਾਣਾ ਪੈਂਦਾ ਵੀ ਮਿਊਜ਼ਿਕ ਗਾਣਾ ਦੇ ਦਿਓ, ਕਿਉਂਕਿ ਹਾਰਡ ਵਰਕਿੰਗ ਪੰਜਾਬ ਦੇ ਲੋਕ। ਸਰੀ ਵਿੱਚ ਦੇਖੋ ਜਿਹੜੇ ਅੰਗੂਠਾ ਛਾਪ ਨੇ ਨਾ ਬ੍ਰੋ, ਉਹ ਲੈਂਬਰਗਿਨੀ ਘੁੰਮ ਰਹੇ ਨੇ ਲੈਂਬਰ, ਕਿਉਂਕਿ ਮਿਹਨਤੀ ਆ, ਪੰਜਾਬ ਦੀ ਧਰਤੀ ਨੂੰ ਬਖਸ਼ਿਆ, ਪੰਜਾਬ ਦੀ ਧਰਤੀ ਤੇ ਜਿਹੜੇ ਬੱਚੇ ਨੇ ਜਨਮ ਲਿਆ ਉਹਨੇ ਹੱਥ ਨਹੀਂ ਫਲਾਉਣੇ, ਉਹਨੇ ਆਪਣਾ ਕੰਮ ਕਰਨਾ, ਮਿਹਨਤ ਕਰਨੀ, ਉਹਨੇ ਕਿਤੇ ਨਾ ਕਿਤੇ ਕਰ ਲੈਣਾ, ਭਾਵੇਂ ਇਸ ਮੁਲਕ ਕਰੇ ਭਾਵੇਂ ਕਿਸੇ ਦੂਸਰੇ ਮੁਲਕ ਕਰੇ, ਹਨਾ। ਸੋ ਜਦੋਂ ਕੈਨੇਡਾ ਹੋਵੋ ਨਾ, ਉੱਥੇ ਕੋਈ ਬਾਉਂਡਰੀ 'ਚ ਨਹੀਂ, ਬਾਉਂਡੇਸ਼ਨ ਨਹੀਂ ਹੈ, ਕਿਉਂਕਿ ਉੱਧਰਲਾ ਪੰਜਾਬ ਜਾਂ ਪਾਕਿਸਤਾਨ ਦੀ ਗੱਲ ਕਰਦੇ, ਉੱਧਰਲੇ ਲੋਕ ਵੀ ਹੁੰਦੇ ਨੇ। ਹਾਂਜੀ, ਤੁਸੀਂ ਹੁਣ ਅੱਜ ਕੱਲ੍ਹ ਇੱਕ ਟ੍ਰੈਂਡ ਚੱਲਿਆ ਕਿ ਉੱਥੇ ਦੇ ਕਲਾਕਾਰ ਵੀ ਕੰਮ ਕਰਦੇ ਨੇ, ਹਾਂਜੀ, ਇੱਥੋਂ ਦੀਆਂ ਫਿਲਮਾਂ ਦੇ ਵਿੱਚ ਉਹ। ਸੋ ਤੁਹਾਡਾ ਕੋਈ ਇਹੋ ਜਿਹਾ ਪਲਾਨ ਹੈਗਾ ਕੋਲੈਬੋਰੇਸ਼ਨ ਕਰਨ ਦਾ, ਕਿਉਂਕਿ ਉੱਥੇ ਤਾਂ ਮਤਲਬ ਆਡੀਅੰਸ ਪਸੰਦ ਕਰਦੀ, ਇੱਥੇ ਵੀ ਕਰਦੀ ਹੈ ਜਦੋਂ ਥੀਏਟਰ? ਮੈਂ ਬ੍ਰਦਰ ਬਹੁਤ ਪਿਆਰ ਕਰਦਾ ਮੈਂ ਆਰਟਿਸਟ ਨੂੰ, ਪਰ ਬਹੁਤ ਪਿਆਰਾ, ਲੇਕਿਨ ਮੇਰੇ ਪੰਜਾਬ ਦੇ ਵਿੱਚ ਇੰਨਾ ਕੁ ਜ਼ਿਆਦਾ ਟੈਲੈਂਟ ਆ ਨਾ, ਇੰਨਾ ਕੁ ਜ਼ਿਆਦਾ ਟੈਲੈਂਟ ਆ। ਸੋ ਮੈਂ ਟਰਾਈ ਕਰੂੰਗਾ ਕਿ ਜਿਹੜਾ ਸਾਡਾ ਪੰਜਾਬ ਦਾ ਟੈਲੈਂਟ ਆ ਉਹ ਅੱਗੇ ਆਵੇ, ਜਿਨ੍ਹਾਂ ਨੂੰ ਲਾਈਕ ਟੈਲੈਂਟਡ ਨੇ, ਇਹਦੇ ਕਿੰਨੇ ਫਰੈਂਡ ਨੇ, ਸੁਰਭੀ ਦੇ ਕਿੰਨੇ ਫਰੈਂਡ ਨੇ, ਲਾਈਕ ਉਹਨਾਂ ਨੂੰ ਚਾਂਸ ਹੀ ਨਹੀਂ ਮਿਲਦਾ। ਰੱਬ ਨੇ ਸਾਡੀ ਛੋਟਾ ਪ੍ਰੋਡਕਸ਼ਨ ਹਾਊਸ ਆ ਹੱਲੇ, ਪਰ ਅਸੀਂ ਦਸਾਂ ਨੂੰ ਚਾਂਸ ਨਹੀਂ ਦੇ ਸਕਦੇ, ਪੰਜਾਂ ਨੂੰ ਦੇ ਸਕਦੇ, ਕਿਸੇ ਇੱਕ ਆਰਟ ਨੂੰ ਸਾਡੇ ਚਾਂਸ ਦੇ ਸਕਦੇ ਹਾਂ ਨਾ। ਅਸੀਂ ਇਹ ਟਰਾਈ ਕਰਾਂਗੇ ਕੋਈ ਵਧੀਆ ਟੈਲੈਂਟ ਉਹਨੂੰ ਲੈ ਕੇ ਆਈ ਹੈ ਨਾ, ਜਦੋਂ ਉਸ ਲੈਵਲ 'ਤੇ ਜਾਵਾਂਗੇ ਓਬਵੀਅਸਲੀ ਉਹਨਾਂ ਨਾਲ ਵੀ ਕੰਮ ਕਰਾਂਗੇ। ਹਾਂ, ਇਹ ਕਿਉਂਕਿ ਇੱਥੋਂ ਬਹੁਤ ਸਾਰੇ ਬੱਚੇ ਹੁੰਦੇ ਜਿਹੜੇ ਥੀਏਟਰਸ ਕਰਦੇ, ਜਿਹੜੇ ਆਪਣੇ ਇੱਥੋਂ ਸੁਪਨੇ ਮਾਰ ਕੇ ਜਾਂਦੇ ਨੇ ਕਿ ਉਹਨਾਂ ਨੂੰ ਪਤਾ ਕਿ ਫਿਊਚਰ ਹਾਲੇ ਕੋਈ ਦੇਖ ਨਹੀਂ ਰਿਹਾ, ਉੱਥੇ ਜਾਓ ਤਾਂ ਫਿਰ ਉੱਥੇ ਉਹਨਾਂ ਤੋਂ ਹੁਣ ਆਪਸ਼ਨ ਹੈਗੀ ਆ ਕਿ ਆਪਣੇ ਸੁਪਨੇ ਵੀ ਪੂਰੇ ਨਾਲੇ ਕਰ ਸਕਦੇ ਨੇ ਤੁਹਾਡੇ ਮਾਧਿਅਮ ਰਾਹੀਂ ਮਿਲ ਕੇ। ਉਹਦੇ ਵਿੱਚ ਅਸੀਂ ਅਲਜ਼ਾਈਮਰ ਦੇ ਵਿੱਚ ਅਸੀਂ ਸਾਡੇ ਮੇਰੀ ਸਿਸਟਰ ਦਾ ਰੋਲ ਕੀਤਾ ਆ, ਹਰਮਨ ਭੁੱਲਰ, ਉਹਨੇ ਮੇਰੀ ਸਿਸਟਰ ਦਾ ਰੋਲ ਕੀਤਾ ਆ, ਤੁਸੀਂ ਦੇਖੋਗੇ ਤੁਹਾਨੂੰ ਇਹ ਲੱਗਣਾ ਕਿ ਭਿੰਦੇ ਦੀ ਰੀਅਲ ਸਿਸਟਰ ਆ ਉਹ। ਅੱਛਾ, ਹੈ ਨਾ, ਉਹਨੇ ਬਹੁਤ ਵਧੀਆ ਕਰੈਕਟਰ ਕੀਤਾ ਉਹਨੇ। ਸੋ
ਅਸੀਂ ਟਰਾਈ ਦੇਖੋ ਕਰਨ ਵਾਲਾ ਮਾਲਕ ਹੁੰਦਾ, ਜ਼ਰੀਆ ਰੱਬ ਸਾਨੂੰ ਬਣਾਵੇ, ਬਸ ਇਹ ਹੀ ਚਾਹੁੰਦੇ ਹਾਂ। ਸੋ ਆਪਾਂ ਇੰਨੀਆਂ ਗੱਲਾਂ ਕਰ ਲਈਆਂ, ਇੰਨਾ ਕੁਛ ਸੁਣ ਲਿਆ, ਤੁਹਾਡੇ ਗਾਣਾ ਸੁਣਿਆ ਸਰ? ਗਾਣਾ ਮੈਂ ਤੁਹਾਨੂੰ ਦੱਸਿਆ ਸੀ, ਮੇਰੀ ਮੇਰਾ ਗੁੱਦਾ ਨਹੀਂ ਗਾਉਣਾ, ਬੜਾ ਟਰਾਈ ਮੇਰੇ ਨਾਲ ਗਾਉਣਗੇ, ਥੋੜਾ ਬਰਸਾਤ ਵਾਲਾ, ਮੇਰਾ ਖੁਦ ਦਾ ਗਲਾ ਠੀਕ। ਕਿਹੜਾ ਗਾਣਾ ਸੁਣਨਾ? ਮੇਰੇ ਕੋਈ ਨਹੀਂ ਗਾ ਹੁੰਦਾ, ਕਿਹੜਾ ਵਾਲਾ ਸੁਣਨਾ? ਮੂਵੀ ਦਾ ਸੁਣਾਈਏ ਕਿ ਤੁਸੀਂ ਕੋਈ ਪੁਰਾਣਾ? ਮੂਵੀ ਵਾਲਾ ਪੁਰਾਣਾ ਸੁਣਾ ਦਿੰਦਾ। ਕਿਹੜਾ ਸੁਣਾਵਾਂ? ਯਾਰ ਗਲਾਸੀ, ਸਰਦਾਰੀ, ਸਰਦਾਰੀ ਹੈ ਨਾ ਭਾਈ, ਮੂਡ ਬਣ ਗਿਆ, ਮਹੀਨਾ ਉਹ ਚੱਲੀ ਜਾਂਦਾ, ਐਵੇਂ ਗੱਲਾਂ ਨਾ ਕਰੋ। ਚਲੋ ਮੈਂ ਉਹ ਸੁਣਾ ਦਿੰਦਾ। ਦਾਰੂ ਪੀਣ ਦੇ ਆਦੀ ਨਹੀਂ ਅਸੀਂ ਮੋਢੇ ਤਸਫੀਆਂ, ਰੁੱਖੀ ਮਿੱਸੀ ਮਿਲ ਜੇ ਨਾਲ ਲਸੀ ਦੇ ਸ਼ੌਕੀਆਂ, ਬਿਲਕੁਲ ਹੱਥ ਨਹੀਂ ਲਾਉਂਦਾ, ਐਡੀ ਸੌਂ ਵੀ ਖਾਧੀ ਨਹੀਂ, ਕਦੇ ਕਦੇ ਗੁੱਡ ਲਾ ਲਈਦੀ ਪਰ ਪੱਕੇ ਆਦੀ ਨਹੀਂ, ਅੜੀਆਂ ਕਰਦੇ ਹਾਂ ਅੜੀਆਂ ਕਰਦੇ, ਅੜੀਆਂ ਕਰਦੇ ਮਨ ਨੂੰ ਗੱਲ ਸਮਝਾਉਣੀ ਪੈਂਦੀ ਆ, ਇਸੇ ਕਰਕੇ ਯਾਰ ਗਲਾਸੀ ਲਾਉਣੀ ਪੈਂਦੀ ਆ, ਪਿੰਦੇ ਉਹ ਜਿਲੇ ਨਾਲ ਜਦੋਂ ਦਾ ਹੋ ਗਿਆ ਧੋਖਾ ਏ, ਪੈ ਗਿਆ ਸਰੇ ਟਾਈਮ ਕੱਢੀ ਦਾ ਔਖਾ ਸੌਖਾ ਏ, ਦੁਨੀਆਂ ਦੇ ਨਾਲੇ ਅੱਜ ਕੱਲ੍ਹ ਆਪਾਂ ਘੱਟ ਹੀ ਬੋਲੀ ਦਾ, ਬੋਤਲ ਦੇ ਨਾਲ ਬਹਿ ਕੇ ਦਿਲ ਦਾ ਦੁੱਖੜਾ ਫੁੱਲੀ ਦਾ, ਜਦ ਬੋਤਲ ਦਰਦ ਹਾਂ ਜਦ ਬੋਤਲ ਦਰਦ, ਜਦ ਬੋਤਲ ਦਰਦ ਵੰਡਾਵੇ ਗੱਲ ਸਮਝਾਉਣੀ ਪੈਂਦੀ ਆ, ਇਸੇ ਕਰਕੇ ਯਾਰ ਗਲਾਸੀ ਲਾਉਣੀ ਪੈਂਦੀ ਆ। ਕਿਆ ਬਾਤ ਹੈ ਭਾਈ ਨੇ, ਉਹ ਟਾਈਮ ਯਾਦ ਕਰਾ ਦਿੱਤਾ ਸਕੂਲ ਵਾਲਾ, ਬਹੁਤ ਵਧੀਆ ਭਾਜੀ। ਸੋ ਲਾਸਟ ਅਸੀਂ ਅਲਜ਼ਾਈਮਰ ਦੀ ਗੱਲ ਕਰਾਂਗੇ ਕਿ 22 ਅਗਸਤ ਨੂੰ ਇਹ ਪ੍ਰੋਜੈਕਟ ਚੁਪਾਲ ਉੱਤੇ ਰਿਲੀਜ਼ ਹੋ ਰਿਹਾ। ਸੋ ਇੱਕ ਵਾਰੀ ਆਡੀਅੰਸ ਨੂੰ ਇਸ ਪ੍ਰੋਜੈਕਟ ਬਾਰੇ ਲਾਸਟ ਦੱਸ ਦਿਓ ਵੀ, ਇੱਕ ਕੋਮਨ ਸਵਾਲ ਇਹ ਬਣਦਾ ਕਿ ਆਡੀਅੰਸ ਜਾ ਕੇ ਚੁਪਾਲ ਅਤੇ ਅਲਜ਼ਾਈਮਰ ਕਿਉਂ ਦੇਖੇ? ਦੱਸੋ ਪ੍ਰਤੀਕ ਜੀ। ਮੇਰੇ ਵੱਲੋਂ ਇਹ ਆ ਜੀ, ਕੰਸੈਪਟ ਤਾਂ ਭਾਅ ਜੀ ਨੇ ਦੱਸ ਹੀ ਦਿੱਤਾ ਜੀ, ਮੂਵੀ ਬਹੁਤ ਸੋਹਣੀ ਬਣੀ ਹੈ ਜੀ। ਸੋ ਇੱਕ ਇੱਕ ਪ੍ਰੋਪਰ ਸਿਨੇਮਾ ਤੁਹਾਨੂੰ ਦੇਖਣ ਨੂੰ ਮਿਲੇਗਾ ਪੰਜਾਬੀ ਲੈਂਗੁਏਜ ਦੇ ਵਿੱਚ। ਕੰਸੈਪਟ ਬਹੁਤ ਡਿਫਰੈਂਟ ਹੈ, ਜਿੱਦਾਂ ਬਹੁਤ ਆਡੀਅੰਸ ਕਹਿੰਦੀ ਹੈ ਵੀ ਇੱਕੋ ਤਰ੍ਹਾਂ ਦੇ ਕੰਸੈਪਟ ਆ ਰਹੇ ਆ ਜੀ। ਮੇਕਿੰਗ ਵਾਈਜ਼ ਬਹੁਤ ਸੋਹਣੀ ਬਣੀ ਹੈ ਜੀ ਮੂਵੀ। ਬਾਕੀ ਜਿਹੜੀ ਅਲਜ਼ਾਈਮਰ ਹੈ, ਜਿਹੜਾ ਪ੍ਰੋਪਰ ਡਿਜ਼ੀਜ਼ ਆ ਉਹਦੇ ਬਾਰੇ ਦੱਸਿਆ ਗਿਆ ਜੀ, ਐਂਡ ਮੈਂ ਹੈਗਾ ਜੀ। ਸੋ ਨਹੀਂ, ਬਾਕੀ ਤੁਹਾਡੇ ਤੋਂ ਉਮੀਦ ਇਹ ਕੀਤੀ ਜਾਂਦੀ ਕਿ ਤੁਸੀਂ ਹਸਾਓਗੇ ਇਸ ਵਾਰੀ, ਮਤਲਬ ਕਿਹੜਾ ਇਹਦੇ 'ਚ ਥੋੜ੍ਹਾ ਕਰੈਕਟਰ ਜੀ ਮੇਰਾ ਜ਼ਿੰਮੇਵਾਰ ਬਣ ਗਿਆ ਜੀ, ਬੰਦਾ ਜਦੋਂ ਬਾਹਰ ਚਲਾ ਜਾਂਦਾ ਹੈ ਨਾ, ਜਦੋਂ ਜੋਬ ਕਰਨ ਲੱਗ ਜਾਂਦਾ, ਸੋ ਉਹਦੇ ਉੱਤੇ ਜ਼ਿੰਮੇਵਾਰੀ ਆ ਜਾਂਦੀ ਹੈ, ਅਤੇ ਥੋੜ੍ਹਾ ਕਰੈਕਟਰ ਸਟਲ ਹੈ। ਬਟ ਤੁਸੀਂ, ਮੇਰੀ ਇੰਨੀ ਗਰੰਟੀ ਹੈ, ਜੇ ਤੁਸੀਂ ਇੱਕ ਵਾਰੀ ਫਿਲਮ ਲਾ ਕੇ ਸ਼ੁਰੂ ਕਰ ਲਈ ਜੀ, ਤੁਸੀਂ ਫਿਰ ਪੂਰੀ ਦੇਖ ਕੇ ਹਟੋਗੇ। ਸੋ ਇਹ ਮੇਰਾ ਦਾਅਵਾ ਤੁਹਾਨੂੰ ਜੀ। ਮੈਂ ਸਿੰਗਿੰਗ ਨੇ ਮੈਨੂੰ ਯਾਦ ਆਇਆ ਕਿ ਤੁਸੀਂ ਸੀਰੀਅਸ ਸਿੰਗਰ ਦਾ ਹੀ ਰੋਲ ਕੀਤਾ ਸੀ, ਤੁਹਾਡੇ ਤੋਂ ਵੀ ਗਵਾਇਆ ਜਾਵੇ ਕੁਛ ਰੋਲ ਕੀਤਾ ਸੀ, ਬਟ ਉਹ ਗਾਣਾ ਕਿਸੇ ਹੋਰ ਨੇ ਗਾਇਆ। ਮੈਨੇ ਸਿਰਫ ਹੋਠ ਹੀ ਲਾਏ, ਆਵਾਜ਼ ਕਿਸੇ ਹੋਰ ਕੀ, ਸ਼ਬਦ ਕਿਸੇ ਹੋਰ ਕੇ ਦੇ। ਸੋ ਤੁਸੀਂ ਕਹੋਗੇ? ਮੈਂ ਤਾਂ ਡੈਫੀਨੇਟਲੀ ਇਹੀ ਕਹਾਂਗੀ ਕਿ ਪਿਕਚਰ ਦੇਖਣੀ ਇਸ ਕਰਕੇ ਜ਼ਰੂਰੀ ਹੈ ਕਿ ਇਹਦੇ 'ਚ ਅਵੇਅਰਨੈਸ ਬਹੁਤ ਜ਼ਿਆਦਾ, ਐਂਡ ਸਟਰਗਲ ਜਿਹੜੀ ਦੱਸੀ ਗਈ ਹੈ ਕਿ ਇੱਕ ਯੰਗ ਮੁੰਡੇ ਦੀ ਕੀ ਸਟਰਗਲ ਹੈ ਜਿਹਨੂੰ ਅਲਜ਼ਾਈਮਰ ਹੋ ਜਾਂਦਾ, ਇੱਕ ਆਲਰੇਡੀ ਉਹਦੀ ਆਪਣੀ ਸਟਰਗਲ ਚੱਲ ਰਹੀ ਹੈ ਕੈਨੇਡਾ ਦੀ ਲਾਈਫ ਦੀ, ਕਿ ਕੈਨੇਡਾ ਦੇ ਵਿੱਚ ਯੰਗਸਟਰਸ ਕਿਸ ਤਰ੍ਹਾਂ ਸਟਰਗਲ ਕਰਦੇ ਆਪਣੇ ਸਰਵਾਈਵਲ ਵਾਸਤੇ, ਆਪਣੀ ਫੈਮਿਲੀ ਨੂੰ ਸਪੋਰਟ ਕਰਨ ਵਾਸਤੇ, ਐਂਡ ਉਹ ਸਟਰਗਲ ਦੇ ਨਾਲ ਜਦੋਂ ਅਲਜ਼ਾਈਮਰ ਦੀ ਸਟਰਗਲ ਸ਼ੁਰੂ ਹੋ ਜਾਂਦੀ ਹੈ, ਇਟਸ ਵੈਰੀ ਡਿਫੀਕਲਟ ਐਂਡ ਹਰ ਕਿਸੇ ਨੂੰ ਜਾਣਨੀ ਚਾਹੀਦੀ ਹੈ। ਐਂਡ ਜਿਸ ਤਰ੍ਹਾਂ ਪ੍ਰਤੀਕ ਨੇ ਕਿਹਾ ਕਿ ਇੱਕ ਵਾਰੀ ਮੂਵੀ ਸ਼ੁਰੂ ਤੁਸੀਂ ਕਰ ਲਈ, ਤੁਸੀਂ
ਰੁਕ ਉੱਠੋਗੇ ਨਹੀਂ ਐਂਡ ਐਂਡ ਤੱਕ ਤੁਸੀਂ ਐਂਡ ਨੂੰ ਵੀ ਬੋਲੋਗੇ ਕਿ ਯਾਰ ਹੁਣ ਅੱਗੇ ਕੀ ਵਾਟ ਨੈਕਸਟ ਵਾਟ ਨੈਕਸਟ ਕੀ ਹੋਇਆ ਬਿਕੋਜ਼ ਇਹ ਮੂਵੀ ਨੇ ਤੁਹਾਨੂੰ ਬੰਨ ਲੈਣਾ ਐਂਡ ਇਹਦੇ 'ਚ ਇਹ ਥੋੜ੍ਹੀ ਡਿਫਰੈਂਟ ਇਸ ਕਰਕੇ ਇਹਦੇ 'ਚ ਇੰਨਾ ਕੋਈ ਸੋਚ ਰਹੇ ਹੋ ਕਿ ਹੀਰੋਇਨ ਬੈਠੀ ਹੈ ਅਤੇ ਰੋਮ ਕੌਮ ਹੈ ਨਹੀਂ ਹਰ ਹੀਰੋਇਨ ਦਾ ਵੀ ਕੁਝ ਵੱਖਰਾ ਹੀ ਕਰੈਕਟਰ ਹੈ ਹਰ ਪਰਸਨ ਨੇ ਆਪਣਾ ਕਰੈਕਟਰ ਬਹੁਤ ਜਸਟੀਫਾਈ ਕੀਤਾ ਆ ਐਂਡ ਅਸੀਂ ਬਸ ਇਹੀ ਹੈ ਜਦੋਂ ਹੁਣ ਤੁਹਾਡੇ ਕੋਲ ਪਹੁੰਚੇਗੀ ਤੁਹਾਡੇ ਪਿਆਰ ਦੇ ਨਾਲ ਅਸੀਂ ਸੋਚਿਆ ਕਿ ਇਹਦਾ ਅਗਲਾ ਵੀ ਦੱਸਣਾ ਕੀ ਹੈ ਕਿਉਂਕਿ ਤੁਸੀਂ ਸਾਰਿਆਂ ਨੇ ਪੁੱਛਣਾ ਅੱਗੇ ਕੀ ਐਂਡ ਪ੍ਰੋਪਰ ਸਟੱਡੀ ਕਰਕੇ ਬਣਾਈ ਗਈ ਹੈ ਵਾਟ ਇਜ਼ ਅਲਜ਼ਾਈਮਰ ਐਂਡ ਕਿੰਨੂ ਕਿੰਨੂ ਹੋ ਸਕਦਾ ਅਤੇ ਕਿਉਂ ਹੋ ਸਕਦਾ ਹੈ ਜ਼ਰੂਰ ਵੇਖਿਓ 22 ਅਗਸਤ ਔਨ ਚਪਾਲ ਮੈਨੂੰ ਸਵਾਲ ਇੱਕ ਹੋਰ ਆ ਗਿਆ ਹਾਂਜੀ ਹਾਂਜੀ ਸੋ ਮਤਲਬ ਕਿ ਸਵਾਲ ਮਤਲਬ ਪਹਿਲਾਂ ਮੇਰੇ ਦਿਮਾਗ 'ਚ ਸੀ ਉਹ ਗੱਲਾਂ 'ਚੋਂ ਨਿਕਲ ਗਿਆ ਕਿ ਜਦੋਂ ਇੱਥੋਂ ਕੋਈ ਜਾਂਦਾ ਬਾਹਰ ਹੈ ਨਾ ਉਹ ਇਕੱਲਾ ਹੁੰਦਾ ਉਹਦਾ ਕੋਈ ਮਤਲਬ ਇਮੋਸ਼ਨਲ ਸਪੋਰਟ ਨਹੀਂ ਹੈ ਹੋਮ ਸਿਕਨੈਸ ਵੀ ਹੋ ਜਾਂਦੀ ਕਈ ਜਾਣਿਆਂ ਨੂੰ ਸੋ ਇਹੋ ਜਿਹੇ ਡਿਸੀਜ਼ ਵੀ ਹੋ ਜਾਂਦੇ ਨੇ ਕਿ ਉੱਥੇ ਜਦੋਂ ਮਤਲਬ ਅੱਜ ਕੱਲ੍ਹ ਕਹਿੰਦੇ ਬਹੁਤ ਜ਼ਿਆਦਾ ਮਤਲਬ ਟ੍ਰੈਂਡ ਦੇ ਵਿੱਚ ਆ ਕਿ ਬਹੁਤ ਜ਼ਿਆਦਾ ਬੱਚੇ ਜਿਹੜੇ ਇੱਥੋਂ ਜਾਂਦੇ ਉਹ ਡਿਪਰੈਸ਼ਨ ਦੇ ਵਿੱਚ ਆ ਕਿ ਤੁਹਾਨੂੰ ਲੱਗ ਤਾਂ ਤੁਸੀਂ ਇਹ ਕੰਸੈਪਟ ਬਣਾਇਆ ਕਿ ਉੱਥੇ ਜ਼ਿਆਦਾਤਰ ਇਹ ਚੀਜ਼ਾਂ ਹੋ ਰਹੀਆਂ ਹੋਮ ਸਿਕਨੈਸ ਦਾ ਜਿਹੜਾ ਆ ਲੋਕ ਫੇਸ ਕਰ ਰਹੇ ਉਸ ਚੀਜ਼ ਨੂੰ ਜਾਂ ਉੱਥੇ ਕਿਉਂਕਿ ਤੁਹਾਡੇ ਕੋਲ ਬੈਕਐਂਡ ਦੇ ਵਿੱਚ ਸਪੋਰਟ ਨਹੀਂ ਹੁੰਦੀ ਜਦੋਂ ਤੁਸੀਂ ਇਕੱਲੇ ਹੋ ਜਾਂਦੇ ਹੋ ਜਾਂ ਤੁਹਾਨੂੰ ਕੋਈ ਕੰਮ ਨਹੀਂ ਮਿਲਦਾ ਕਿਉਂਕਿ ਨੌਕਰੀ ਦਾ ਵੀ ਬਹੁਤ ਜ਼ਿਆਦਾ ਉੱਥੇ ਇਸ਼ੂ ਆ ਇਹ ਜ਼ਿਆਦਾ ਚੱਲ ਰਿਹਾ ਉੱਧਰ ਹਾਂਜੀ ਬ੍ਰਦਰ ਉਹਦਾ ਰੀਜ਼ਨ ਇੱਕ ਹੈ ਕਿ ਆਪਾਂ ਨਾ ਪੂਰੀ ਨੌਲੇਜ ਲੈ ਕੇ ਨਹੀਂ ਜਾਂਦੇ ਸਾਡਾ ਇੱਕ ਹੀ ਮਕਸਦ ਆ ਕਿ ਬਸ ਅਸੀਂ ਕੈਨੇਡਾ ਪਹੁੰਚਣਾ ਆ ਉਹਦੇ ਆਪਾਂ ਮਗਰ ਲਾਂਗੇ ਇਹ ਵੀ ਜ਼ਿਕਰ ਕੀਤਾ ਹੋਇਆ ਫਿਲਮ ਦੇ ਵਿੱਚ ਇਹੀ ਜ਼ਿਕਰ ਕੀਤਾ ਹੋਇਆ ਸਾਡਾ ਇੱਕ ਸੀਨ ਆ ਉਹਦੇ ਵਿੱਚ ਕਿ ਕਿਉਂ ਜਾਂ ਕਿੱਦਾਂ ਉਹ ਮੈਂ ਸੀਨ ਬਹੁਤ ਇੰਟਰਸਟਿਡ ਆ ਤੁਸੀਂ ਦੇਖੋਗੇ ਉਹ 'ਚ ਇਹ ਜ਼ਿਕਰ ਕੀਤਾ ਹੋਇਆ ਕਿ ਅਗਰ ਤੁਸੀਂ ਬਾਹਰ ਜਾਣਾ ਆ ਸਾਰੇ ਜਾਂਦੇ ਆ ਮੋਸਟ ਵੈਲਕਮ ਲੇਕਿਨ ਉਹਨੂੰ ਸਟੱਡੀ ਕਰੋ ਉੱਥੇ ਦਾ ਖਰਚਾ ਅਸੀਂ ਕਰ ਸਕਦੇ ਹਾਂ ਸਾਰਾ ਕੁਛ ਪੇਰੈਂਟਸ ਨੂੰ ਇਹ ਚਾਹੀਦਾ ਅਗਰ ਬੱਚਾ ਭੇਜ ਰਹੇ ਉਹ ਏਜ਼ ਵਿੱਚ ਇੰਨਾ ਦਿਮਾਗ ਨਹੀਂ ਹੁੰਦਾ ਹੈ ਨਾ ਪੇਰੈਂਟਸ ਨੂੰ ਸੋਚਣਾ ਚਾਹੀਦਾ ਕਿ ਮੇਰਾ ਬੱਚਾ ਜਾ ਰਿਹਾ ਕਿੱਥੇ ਰਹੂਗਾ ਕਿੱਦਾਂ ਖਾਊਗਾ ਉਹ ਸਾਰਾ ਕੁਛ ਹੈ ਉਹ ਆਪਾਂ ਚੱਲ ਜਾਂਦੇ ਕਨੇਡਾ ਚੱਕ ਦਾਂਗੇ ਫੱਟੇ ਕਰ ਲਾਂਗੇ ਲੇਕਿਨ ਟਾਈਮ ਲੱਗਦਾ ਉਹ ਬੱਚੇ ਜਿਹੜੇ ਹੈਗੇ ਨੇ ਸਪੋਰਟ ਨਹੀਂ ਗੀ ਉਹ 100% ਡਿਪਰੈਸ਼ਨ ਜਾਂਦੇ ਆ ਹਾਂਜੀ ਡਿਪਰੈਸ਼ਨ ਉਹਨਾਂ ਨੂੰ ਹੁੰਦਾ ਜੀ ਜਦੋਂ ਬੱਚਾ ਜਾਂਦਾ ਤਾਂ ਮਹੀਨੇ ਦੋ ਮਹੀਨੇ ਮਤਲਬ ਘਰ ਦੇ ਕਹਿਣ ਲੱਗ ਜਾਂਦੇ ਆ ਜੀ ਸਾਨੂੰ ਪੈਸੇ ਪਾ ਇਹ ਕਰ ਕੀ ਕਰਦਾ ਇਹਨਾਂ ਸੌਖਾ ਨਹੀਂ ਹੈਗਾ ਜੀ ਲੋਨ ਲੈ ਕੇ ਵੀ ਤਾਂ ਗਏ ਹੁੰਦੇ ਨਾ ਹਾਂਜੀ ਉਹੀ ਹੈ ਵੀ ਉਹ ਸਾਨੂੰ ਪੈਸਾ ਭੇਜ ਜਿਹੜੀ ਤੁਹਾਡੀ ਵਾਲੀ ਗੱਲ ਹੈ ਜੀ ਉੱਥੇ ਹਲੇ ਬੱਚੇ ਨੂੰ ਕੰਮ ਨਹੀਂ ਮਿਲਦਾ ਪਿੱਛੇ ਦੀ ਉਹਨੂੰ ਟੈਨਸ਼ਨ ਪਹਿਲਾਂ ਹੋ ਜਾਂਦੀ ਹੈ ਸੋ ਇਹ ਘਰਦਿਆਂ ਨੂੰ ਵੀ ਮੈਂ ਕਹਿੰਦਾ ਦੇਖਣੀ ਚਾਹੀਦੀ ਸਾਰਾ ਪੜ੍ਹ ਕੇ ਰਿਸਰਚ ਕਰਕੇ ਐਗਜੈਕਟਲੀ ਔਰ ਜੇ ਕੋਈ ਕੰਮ ਵੀ ਹੈਗਾ ਹਾਂਜੀ ਅਗਰ ਬਿਨਾਂ ਸਕਿੱਲ ਦੇ ਜਾਣਦੇ ਨਾ ਉਹ ਫਿਰ ਲੇਬਰ ਬ੍ਰਦਰ ਲੇਬਰ ਦਾ ਕੀ ਹੁਣ ਇੱਥੇ ਆਪਣੀ ਲੇਬਰ ਆ ਅਗਰ ਆਪਾਂ ਲੇਬਰ ਆ ਤੇ ਉਹ ਲਿਮਿਟਡ ਜੋਬਸ ਹੈਗੀਆਂ ਨੇ ਉਹੋ ਜਿਹੇ ਜੋਬ ਮਿਲਦੀ ਅਗਰ ਸਕਿੱਲ ਕਿਤੇ ਵੀ ਹੋਵੇ ਉੱਥੇ ਜੋਬਸ ਹੈਗੀਆਂ ਨੇ ਗੋਰੇ ਵੈਲਕਮ ਕਰਦੇ ਉੱਥੇ PR ਵੀ ਹੁੰਦੀ ਆ ਲੇਕਿਨ ਜਦੋਂ ਕਿਸੇ ਦੇ ਘਰੇ ਜਾਣਾ ਉਹ ਕਿਸੇ ਦਾ ਘਰ ਆ ਉੱਥੇ ਦੇ ਰੂਲਸ ਐਂਡ ਰੈਗੂਲੇਸ਼ਨ ਸਾਨੂੰ ਅਪਣਾਉਣੇ ਚਾਹੀਦੇ ਨੇ ਔਰ ਕਈ ਬੱਚੇ ਆ ਉੱਥੇ ਗਲਤ ਕੰਮ ਵੀ ਕਰਦੇ ਆ ਉਹਨਾਂ ਦਾ ਅਸਰ ਪੂਰੀ ਸਾਡੀ ਕਮਿਊਨਿਟੀ ਤੇ ਪੈ ਰਿਹਾ ਦੋ ਚੀਜ਼ਾਂ ਆ ਜਾਂਦੀਆਂ ਜਿਸ ਤਰ੍ਹਾਂ ਕਿਹਾ ਕਿ ਡਿਪਰੈਸ਼ਨ 'ਚ ਚਲ ਜਾਂਦੇ ਆ ਜਾਂ ਤਾਂ ਡਿਪਰੈਸ਼ਨ 'ਚ ਚਲ ਜਾਂਦੇ ਬਿਲਕੁਲ ਇਕੱਲੇ ਹੋ ਜਾਂਦੇ ਦੂਜਾ ਨਹੀਂ ਤਾਂ ਗਲਤ ਕੰਮਾਂ 'ਚ ਪੈ ਜਾਂਦੇ ਪੰਜਾਬ ਨੂੰ ਇੱਥੇ ਐਵੇਂ ਬਦਨਾਮ ਕੀਤਾ ਡਰੱਗਸ ਨੂੰ ਲੈ ਕੇ ਉੱਥੇ ਜ਼ਿਆਦਾ ਡਰੱਗੀਜ਼ ਹੈ ਉੱਥੇ ਰੋਬਰੀ ਸਨੈਚਿੰਗ ਡਰੱਗੀਜ਼ ਇਹੀ ਚੀਜ਼ਾਂ ਕਰਕੇ ਕਿਉਂਕਿ ਪ੍ਰੈਸ਼ਰ ਇੰਨਾ ਜ਼ਿਆਦਾ ਹੁੰਦਾ ਅਤੇ ਇਹ ਫਿਲਮ 'ਚ ਵੀ ਇਸ ਤਰ੍ਹਾਂ ਹੀ ਦੱਸਿਆ ਕਿ ਮੁੰਡੇ ਦੀ ਸਟਰਗਲ ਆਪਦੀ ਕਿੰਨੀ ਹੈ ਉਹਨੂੰ ਪ੍ਰੈਸ਼ਰ ਕਿੰਨਾ ਹੁੰਦਾ ਕਿ ਪਿੱਛੇ ਮਤਲਬ ਫੈਮਿਲੀ ਹੈ ਉਹਨੂੰ ਪੈਸੇ ਭੇਜਣੇ ਆ ਇੱਥੇ ਕੰਮ ਕਰਨਾ ਹੀ ਪੈਣਾ ਉੱਤੋਂ ਜਦੋਂ ਅਲਜ਼ਾਈਮਰ ਹੋ ਜਾਂਦੇ ਇਸ ਤਰ੍ਹਾਂ ਹੀ ਡਿਜ਼ੀਜ਼ ਤੁਹਾਡੀਆਂ ਹੁੰਦੀਆਂ ਜਦੋਂ ਤੁਸੀਂ ਇੰਨਾ ਜ਼ਿਆਦਾ ਸਟ੍ਰੈਸ ਲੈਣ ਲੱਗ ਜਾਂਦੇ ਹੋ ਜੇ ਤੁਸੀਂ ਡਿਪਰੈਸ਼ਨ 'ਚ ਗਏ ਤੁਸੀਂ ਯੂ ਸਟਾਰਟਡ ਡਰਿੰਕਿੰਗ ਜਾਂ ਡਰੱਗਸ ਲੈਣ ਲੱਗ ਗਏ ਤਾਂ ਬੋਡੀ ਇਜ਼ ਟੇਕਿੰਗ ਟੋਲ ਤੁਹਾਡੀ ਬੋਡੀ ਇਫੈਕਟ ਹੋ ਰਹੀ ਹੈ ਉਹਨੇ ਕਿਤੇ ਨਾ ਕਿਤੇ ਆ ਕੇ ਬਿਮਾਰੀ ਉਤਪੰਨ ਕਰਨੀ ਅੰਦਰ ਕੁਛ ਨਾ ਕੁਛ ਤਾਂ ਹੋਣਾ ਹੀ ਹੈ
ਹੈ ਨਾ, ਅਤੇ ਅਲਜ਼ਾਈਮਰ ਇਸ ਕਰਕੇ ਰਿਲੇਟਿਡ ਇਸ ਕਰਕੇ ਕਿਉਂਕਿ ਮੈਂਟਲ ਟਰੋਮਾ ਬਹੁਤ ਜ਼ਿਆਦਾ ਹੁੰਦਾ, ਅਤੇ ਅਲਜ਼ਾਈਮਰ ਨਹੀਂ ਤਾਂ ਬੰਦਾ ਵੈਸੇ ਹੀ ਗੁਆਚਾ ਰਹਿੰਦਾ, ਉਹ ਵੀ ਤਾਂ ਅਲਜ਼ਾਈਮਰ ਹੈ, ਦੈਟ ਇਜ਼ ਡਿਮੈਂਸ਼ੀਆ, ਭੁੱਲ ਜਾਂਦਾ ਸਭ ਕੁਛ, ਬੈਠਾ ਰਹਿੰਦਾ, ਅਤੇ ਇਸੇ ਕਰਕੇ ਪੰਜਾਬ ਤੋਂ ਜਿਹੜਾ ਵੀ ਜੋ ਜਾ ਰਿਹਾ ਨਾ, ਵੈਸੇ ਮੈਂ ਤਾਂ ਕਹਿੰਦੀ ਨਹੀਂ ਕੋਈ ਜਾਓ, ਪਰ ਜਿਹੜਾ ਵੀ ਜਾ ਰਿਹਾ ਬਹੁਤ ਸੋਚ ਸਮਝ ਕੇ ਜਾਓ, ਆਪਣੇ ਪੈਰ ਪੱਕੇ ਕਰਕੇ ਜਾਓ, ਐਂਡ ਮਾਂ ਪਿਓ ਦੇ ਪੈਸੇ ਵੇਸਟ ਕਰਕੇ ਜਾਂ ਲੋਨ ਲੈ ਕੇ ਤਾਂ ਡੈਫੀਨੇਟਲੀ ਨਾ ਜਾਓ। ਇਸ ਕਰਕੇ ਨਾ ਤਾਂ ਵੀ ਕੈਨੇਡਾ ਜਾਣਾ, ਸੁਪਨੇ ਜਿਹੜਾ ਸੁਪਨਾ ਲੈ ਕੇ ਚੱਲੇ ਹਾਂ, ਇਸ ਸੁਪਨਾ ਪੂਰਾ ਕਰਨਾ, ਵਧੀਆ ਸਟੱਡੀ ਕਰਨੀ, ਆਪਣੇ ਦੇਸ਼ 'ਚ ਆ ਕੇ ਨਾਮ ਆਪਣੇ ਦੇਸ਼ ਦਾ ਕਰਨਾ। ਨਾਂ ਰੋਸ਼ਨ ਕਰੋ ਜਿਵੇਂ ਇਹਨਾਂ ਨੇ ਕੀਤਾ, ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ। ਸੋ ਗਾਣੇ ਵੀ ਕਰ ਰਹੇ ਨੇ ਹੁਣ, ਫਿਲਮਾਂ ਵੀ ਕਰ ਰਹੇ ਨੇ, 22 ਅਗਸਤ ਨੂੰ ਆ ਰਹੀ ਹੈ ਜੀ ਅਲਜ਼ਾਈਮਰ, OTT ਪਲੇਟਫਾਰਮ ਚੁਪਾਲ ਉੱਤੇ ਜ਼ਰੂਰ ਦੇਖਣਾ। ਬਾਕੀ ਸਾਈਨ ਆਫ ਕਰਦੇ ਹਾਂ, ਕੈਮਰਾਮੈਨ ਯੁਵਰਾਜ ਦੇ ਨਾਲ ਨਿਪੁਣ ਸ਼ਰਮਾ, ਪੰਜਾਬੀ ਮੀਨੀਆ। ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com, ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।